ਸੋ ਹੈਲੋ ਗਾਇਸ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਯੋਗੇਸ਼ ਅਤੇ ਵੈਲਕਮ ਬੈਕ ਟੂ ਸਾਰਕਾਸਟਿਕ ਡੂਡਸ। ਅਤੇ ਗਾਇਸ, ਅੱਜ ਅਸੀਂ ਜਿਹੜਾ ਟੋਪਿਕ ਕਵਰ ਕਰਨ ਜਾ ਰਹੇ ਹਾਂ, ਇਹ ਕਾਫੀ ਜ਼ਿਆਦਾ ਕੰਟਰੋਵਰਸ਼ੀਅਲ ਟੋਪਿਕ ਕਹਿ ਸਕਦਾ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ, ਹਰ ਇੱਕ ਬੰਦੇ ਦੀ ਸੋਚ, ਹਰ ਇੱਕ ਬੰਦੇ ਦੀ ਨੀਡਸ ਜਿਹੜੀ ਹੈਗੀ ਆ, ਉਹ ਅਲੱਗ ਅਲੱਗ ਹੁੰਦੀ ਹੈ। ਅਤੇ ਇਹ ਜੋ ਵੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ, ਇਹ ਸਾਰਾ ਮੇਰਾ ਆਪ ਦਾ ਐਕਸਪੀਰੀਅੰਸ ਹੋਏਗਾ, ਜਾਂ ਮੇਰੇ ਫਰੈਂਡ ਸਰਕਲ ਦੇ ਵਿੱਚ ਲੋਕਾਂ ਦਾ ਸਾਰਿਆਂ ਦਾ ਐਕਸਪੀਰੀਅੰਸ ਜਿਹੜਾ ਹੈਗਾ, ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਠੀਕ ਹੈ, ਅਤੇ ਸੋ ਵੀਡੀਓ ਜਿਹੜੀ ਹੁੰਦੀ ਹੈ ਕਿ ਵਟ ਆਰ ਦ ਥਿੰਗਸ ਜਿਹੜੀਆਂ ਸਾਨੂੰ ਕੈਨੇਡਾ ਆਉਣ ਲਈ ਪੈਕਿੰਗ ਦੇ ਵਿੱਚ ਪਾਉਣੀਆਂ ਚਾਹੀਦੀਆਂ ਨੇ। ਠੀਕ ਹੈ, ਅਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਲੈ ਕੇ ਆਉਣੀਆਂ, ਬਿਲਕੁਲ ਨਹੀਂ ਲੈ ਕੇ ਆਉਣੀਆਂ। ਅਤੇ ਨਾ ਜ਼ਿਆਦਾ ਟਾਈਮ ਖਰਾਬ ਕਰਦੇ ਹੋਏ, ਲੈਟ ਗੈਟ ਸਟਾਰਟ ਗਾਇਸ। ਅਤੇ ਇਸ ਵੀਡੀਓ ਨੂੰ ਮੈਂ ਚਾਰ ਡਿਫਰੈਂਟ, ਮਾਈਟ ਬੀ ਯੂ ਕੈਨ ਸੇ ਫਾਈਵ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ, ਸੈਕਸ਼ਨ ਬਾਏ ਸੈਕਸ਼ਨ। ਅਤੇ ਆਪਾਂ ਸਾਰਿਆਂ ਦੇ ਗੋ ਥਰੂ ਹੋਵਾਂਗੇ ਵਨ ਬਾਏ ਵਨ, ਜਿੰਨਾ ਕਿ ਤੁਹਾਨੂੰ ਈਜ਼ੀ ਹੋ ਜਾਏਗਾ। ਅਤੇ ਐਟ ਦੀ ਐਂਡ ਆਫ ਦਿਸ ਪਾਰਟ ਆਪਾਂ ਇੱਕ ਸਕਰੀਨਸ਼ੋਟ ਦੇ ਲਈ ਤੁਹਾਨੂੰ ਮੈਂ ਪ੍ਰੋਪਰ ਇੱਕ ਫੋਟੋ ਐਡ ਕਰ ਦੂੰਗਾ, ਜਿਹੜੀ ਕਿ ਤੁਸੀਂ ਲੈ ਸਕਰੀਨਸ਼ੋਟ ਲੈ ਲਉਂਗੇ ਅਤੇ ਤੁਹਾਨੂੰ ਈਜ਼ੀ ਰਹੇਗਾ। ਠੀਕ ਹੈ ਜੀ, ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਗਾਇਸ, ਲੈਟ ਗੈਟ ਸਟਾਰਟ। ਸੋ ਦ ਫਸਟ ਪਾਰਟ ਜਿਹੜਾ ਰਹੇਗਾ ਗਾਇਸ, ਉਹ ਰਹੇਗਾ ਜੀ ਇਲੈਕਟ੍ਰੋਨਿਕਸ ਦਾ। ਅਤੇ ਇਲੈਕਟ੍ਰੋਨਿਕਸ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੀਆਂ ਚੀਜ਼ਾਂ ਤੁਸੀਂ ਲੈ ਕੇ ਆਓ ਅਤੇ ਕਿਹੜੀਆਂ ਨਾ ਲੈ ਕੇ ਆਓ। ਠੀਕ ਹੈ, ਸੋ ਲੈਟ ਗੈਟ ਸਟਾਰਟ ਗਾਇਸ। ਸੋ ਇਲੈਕਟ੍ਰੋਨਿਕਸ ਦੇ ਵਿੱਚ ਸਭ ਤੋਂ ਪਹਿਲਾਂ, ਜੇ ਤਾਂ ਤੁਹਾਡੇ ਕੋਲ ਮੋਬਾਈਲ ਫੋਨ ਇੰਡੀਆ ਦੇ ਵਿੱਚ ਤੁਸੀਂ ਪਹਿਲਾਂ ਹੀ ਪਰਚੇਸ ਕੀਤਾ ਹੋਇਆ, ਜਾਂ ਤੁਹਾਡੇ ਕੋਈ ਪੁਰਾਣਾ ਪਿਆ ਹੋਇਆ ਜਿਹੜਾ ਕਿ ਮਹੀਨਾ ਦੋ ਮਹੀਨਾ ਚੱਲਣ ਯੋਗ ਆ, ਮੈਂ ਤੁਹਾਨੂੰ ਇਹੀ ਰੈਕਮੈਂਡ ਕਰਾਂਗਾ ਕਿ ਬਿਲਕੁਲ ਨਵਾਂ ਫੋਨ ਇੰਡੀਆ ਦੇ ਵਿੱਚ ਨਾ ਬਾਏ ਕਰਿਓ, ਜਾਂ ਜੇ ਤੁਹਾਡਾ ਕੋਈ ਪਲੈਨ ਹੈ ਬਾਏ ਕਰਨ ਦਾ, ਤੁਸੀਂ ਇੱਥੇ ਆ ਕੇ ਬਾਏ ਕਰ ਸਕਦੇ ਹੋ। ਠੀਕ ਹੈ, ਇਹਦਾ ਰੀਜ਼ਨ ਜਿਹੜਾ ਹੈਗਾ, ਮੈਂ ਕੁਛ ਅਲੱਗ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗਾ ਪ੍ਰੋਪਰ ਇੱਧਰ ਦੇ ਪਲੈਨਸ ਕੀ ਹੁੰਦੇ ਨੇ, ਜਾਂ ਫੋਨ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਕਿ ਫ੍ਰੀ ਦਾ ਫੋਨ, ਸੋ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਉਹ ਕਿਸ ਤਰੀਕੇ ਨਾਲ ਤੁਹਾਨੂੰ ਇਸ ਚੀਜ਼ ਬਾਰੇ ਦੱਸਦੇ ਨੇ। ਠੀਕ ਹੈ, ਸੋ ਅਗਰ ਤੁਹਾਡਾ ਕੋਈ ਵੀ ਪਲੈਨ ਹੈਗਾ ਇਨ ਫਿਊਚਰ 'ਚ ਫੋਨ ਲੈਣ ਦਾ, ਤੁਸੀਂ ਕੀ ਕਰ ਸਕਦੇ, ਤੁਸੀਂ ਉਹਦੀ ਅਸੈਸਰੀਜ਼ ਜਿਹੜੀਆਂ ਹੁੰਦੀਆਂ ਉਹ ਇੰਡੀਆ ਤੋਂ ਬਾਏ ਕਰ ਸਕਦੇ ਹੋ, ਜਿੱਦਾਂ ਤੁਸੀਂ ਉਹਦੇ ਬੈਕ ਕਵਰਸ ਹੋ ਗਏ, ਜਾਂ ਉਹਦਾ ਸਕਰੀਨ ਗਾਰਡ ਹੋ ਗਿਆ, ਕਿਉਂਕਿ ਸਕਰੀਨ ਗਾਰਡ ਇੱਥੇ ਬਹੁਤ ਮਹਿੰਗੇ ਨੇ, ਜਿੱਦਾਂ ਇੰਡੀਆ 'ਚ 5, 10, 15, 20 ਰੁਪਏ ਦੇ ਮਿਲ ਜਾਂਦੇ, ਇੱਥੇ $5 ਦਾ ਇੱਕ ਜਾਂ $10 ਦਾ ਇੱਕ ਗਲਾਸ ਕਾਰਡ ਮਿਲਦਾ। ਠੀਕ ਹੈ, ਇਹ ਤੁਸੀਂ ਚੀਜ਼ ਕਰ ਸਕਦੇ। ਦੂਜੇ ਨੰਬਰ ਉੱਤੇ ਗਾਇਸ, ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਹੈਗੀ ਹੈ ਯੂਨੀਵਰਸਲ ਅਡੈਪਟਰ। ਸੋ ਹੁੰਦਾ ਕਿ ਜਿਹੜੇ ਸਾਡੇ ਇੱਥੋਂ ਦੇ ਜਿਹੜੇ ਸਾਕਿਟ ਹੁੰਦੀਆਂ ਆ, ਉਹਨਾਂ ਦਾ ਬਿਲਕੁਲ ਹੀ ਡਿਫਰੈਂਟ ਤਰੀਕੇ ਦੀ ਹੁੰਦੀ ਹੈ ਇੰਡੀਆ ਦੇ ਨਾਲੋਂ। ਠੀਕ ਹੈ, ਅਤੇ ਇਸ ਕਰਕੇ ਤੁਹਾਨੂੰ ਉਹ ਕਨਵਰਟਰ, ਜਿਹਨੂੰ ਆਪਾਂ ਕਹਿ ਸਕਦੇ, ਉਹ ਸਾਨੂੰ ਚਾਹੀਦਾ ਕਿ ਜਿਹੜਾ ਆਪਾਂ ਇੰਡੀਆ ਦੀ ਚੀਜ਼ਾਂ ਨੂੰ ਇੱਥੇ ਯੂਜ਼ ਕਰ ਸਕੀਏ। ਸੋ 2 ਜਾਂ 3 ਜਿਹੜੇ ਹੈਗੇ ਯੂਨੀਵਰਸਲ ਅਡੈਪਟਰ ਤੁਸੀਂ ਪਲੀਜ਼ ਆਪਣੇ ਨਾਲ ਲੈ ਕੇ ਆਇਓ, ਅਤੇ ਉਹ ਤੁਹਾਡੇ ਲਈ ਕਾਫੀ ਜ਼ਿਆਦਾ ਹੈਲਪਫੁਲ ਰਹਿਣਗੇ। ਜੇ ਤੁਹਾਨੂੰ ਨਹੀਂ ਪਤਾ ਕਿੱਥੋਂ ਬਾਏ ਕਰਨਾ, ਮੈਂ ਲਿੰਕ ਜਿਹੜਾ ਹੈਗਾ ਡਾਊਨ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਤੁਸੀਂ ਉੱਥੋਂ ਬਾਏ ਕਰ ਸਕਦੇ, ਕਿਉਂਕਿ ਮੈਂ ਵੀ ਉੱਥੋਂ ਬਾਏ ਕੀਤਾ ਸੀਗਾ। ਠੀਕ ਹੈ ਜੀ, ਅਤੇ ਨੈਕਸਟ ਜਿਹੜਾ ਹੈਗਾ ਗਾਈਜ਼, ਉਹ ਹੈਗਾ ਪਾਵਰ ਬੈਂਕ। ਪਾਵਰ ਬੈਂਕ ਤੁਸੀਂ ਮੰਨ ਸਕਦੇ ਹੋ ਕਿ ਇਹ ਦੂਜਾ ਰੱਬ ਵੀ ਹੈ ਤੁਹਾਡੇ ਲਈ, ਕਿਉਂਕਿ ਆਪਾਂ ਇੱਥੇ ਆ ਕੇ ਮੋਸਟਲੀ ਆਪਾਂ ਬਿਜ਼ੀ ਹੋ ਜਾਂਦੇ ਹਾਂ ਆਪਣੇ ਡੇਲੀ ਸਕੈਜੂਲ ਦੇ ਵਿੱਚ, ਆਪਾਂ ਨੂੰ ਸ਼ਿਫਟ 'ਤੇ ਜਾਣਾ ਪੈਂਦਾ ਡਾਇਰੈਕਟਲੀ, ਉੱਥੋਂ ਕਈ ਵਾਰੀ ਕੰਮ 'ਤੇ ਵੀ ਜਾਣਾ ਪੈਂਦਾ, ਸੋ ਸਾਨੂੰ ਨਹੀਂ ਟਾਈਮ ਮਿਲਦਾ ਆਪਣੇ ਫੋਨ ਲੈਪਟੋਪਸ ਨਹੀਂ ਫੋਨ ਏਅਰਪੋਰਟਸ ਚਾਰਜ ਕਰਨ ਦੇ ਲਈ। ਸੋ ਆਪਾਂ ਨੂੰ ਇੱਕ ਵਧੀਆ ਆਪਣਾ ਪਾਵਰ ਬੈਂਕ ਵੀ ਨਾਲ ਲਿਆਉਣਾ ਪੈਣਾ। ਮੈਂ ਆਪਣੇ ਜੇ ਪਰਸਨਲੀ ਗੱਲ ਕਰਾਂ, ਮੈਂ ਫਿਲਿਪਸ ਦਾ ਲੈ ਕੇ ਆਇਆ ਸੀਗਾ, ਹੁਣ 2 ਤੋਂ 2.5 ਸਾਲ ਹੋ ਚੁੱਕੇ ਨੇ, ਹਜੇ ਵੀ ਮੇਰੀ ਗੱਡੀ 'ਚ ਪਿਆ, ਇੱਦਾਂ ਹੀ ਚੱਲਦਾ, ਪ੍ਰੋਪਰ ਵਧੀਆ ਚੱਲ ਰਿਹਾ। ਸੋ ਇੱਕ ਵਾਰੀ ਪੈਸੇ ਇਨਵੈਸਟ ਕਰ ਲਓ, ਮੈਂ ਤੁਹਾਨੂੰ ਕਹਿੰਦਾ ਤੁਸੀਂ ਬਿਲਕੁਲ ਰਿਗਰੈਟ ਨਹੀਂ ਕਰੋਗੇ। ਫਿਲਿਪਸ ਵਾਲੇ ਆਇਓ ਗਾਈਸ, ਹੋਰ ਨਾ ਕੋਈ ਲੈ ਕੇ ਆਇਓ, ਬਹੁਤ ਵਧੀਆ ਵਰਕ ਕਰੇਗਾ। ਠੀਕ ਹੈ, ਉਹ ਤੋਂ ਬਾਅਦ ਗੱਲ ਕਰਦੇ ਹਾਂ ਲੈਪਟੋਪ ਦੀ। ਹੁਣ ਕਾਫੀ ਕੁਐਸਚਨਸ ਰਹਿੰਦੇ ਨੇ ਕਿ ਲੈਪਟੋਪ ਬਾਏ ਕਰੀਏ ਜਾਂ ਨਾ ਕਰੀਏ। ਸੋ ਮੈਂ ਕੀ ਸੋਚਦਾ ਜਾਂ ਮੇਰਾ ਕੀ ਐਕਸਪੀਰੀਅੰਸ ਰਿਹਾ, ਅਗਰ ਤਾਂ ਤੁਹਾਡੇ ਕੋਲ ਲੈਪਟੋਪ ਹੈਗਾ, ਵੈਲ ਐਂਡ ਗੁੱਡ, ਉਹੀ ਲੈ ਆਓ, ਕੋਈ ਪ੍ਰੋਬਲਮ ਨਹੀਂ। ਅਗਰ ਨਹੀਂ ਹੈ, ਨਵਾਂ ਬਿਲਕੁਲ ਬਾਏ ਨਾ ਕਰਿਓ, ਇੱਥੋਂ ਆ ਕੇ ਤੁਸੀਂ ਨਵਾਂ ਬਾਏ ਕਰ ਸਕਦੇ ਹੋ। ਕਾਫੀ ਡੀਲਸ ਲੱਗੀਆਂ ਹੁੰਦੀਆਂ ਨੇ, ਬਹੁਤ ਸਸਤੇ ਸਸਤੇ ਲੱਗੇ ਹੁੰਦੇ ਨੇ। ਜੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਕਿ ਕਾਫੀ ਜ਼ਿਆਦਾ ਮਹਿੰਗਾ, ਤੁਸੀਂ ਮੈਨੂੰ ਕੰਟੈਕਟ ਕਰ ਲਓ, ਮੇਰੇ ਕਾਫੀ ਫਰੈਂਡ ਨੇ ਰੀਫਰਬਿਸ਼ ਦੇ ਵਿੱਚ, ਉਹ ਤੁਹਾਨੂੰ ਅਪਰੋਕਸੀਮੇਟਲੀ $300 to $400 ਦੇ ਵਿੱਚ ਤੁਹਾਨੂੰ ਇੱਕ ਵਧੀਆ ਲੈਪਟੋਪ ਮਿਲ ਜਾਏਗਾ, ਵਧੀਆ ਕੰਡੀਸ਼ਨ ਦੇ ਵਿੱਚ, ਸਾਰੀ ਜਿਹੜੀਆਂ ਇਕਵਿਪਮੈਂਟ ਉਹਦੇ ਵਿੱਚ ਸਪੈਸੀਫਿਕੇਸ਼ਨਸ ਹੋਣਗੀਆਂ, ਪ੍ਰੋਪਰ ਅਪਗ੍ਰੇਡਡ ਹੋਣਗੀਆਂ, ਅਤੇ ਮੈਂ ਤੁਹਾਡੀ ਉਸ ਚੀਜ਼ ਵਿੱਚ ਹੈਲਪ ਕਰ ਸਕਦਾ ਡੈਫੀਨੇਟਲੀ। ਠੀਕ ਹੈ, ਤੁਸੀਂ ਮੈਨੂੰ ਰੀਚ ਆਊਟ ਕਰ ਲਿਓ ਜੇ ਤੁਹਾਨੂੰ ਕਿਸੇ ਚੀਜ਼ ਦੀ ਵੀ ਮਤਲਬ ਲੈਪਟੋਪ ਦੇ ਰਿਗਾਰਡਿੰਗ ਲੋਡ ਹੋਏ। ਠੀਕ ਹੈ, ਡੋਂਟ ਵਰੀ ਅਬਾਊਟ ਇਟ। ਅਤੇ ਉਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਚਾਰਜਰ ਜਿਹੜੀਆਂ ਹੁੰਦੇ ਨੇ, ਜਿੱਦਾਂ ਚਾਰਜਰਸ ਹੁੰਦੇ ਫੋਨ ਦੇ, ਆਪਾਂ ਉਹਦੀਆਂ ਬ੍ਰਿਕਸ ਵੀ ਲੈ ਆਓ ਅਤੇ USB ਕੇਬਲਸ ਵੀ ਲਿਆਓ। ਮੇਕ ਸ਼ੋਰ ਕਰਿਓ ਕਿ ਉਹਨਾਂ ਦੀ ਕੁਆਲਿਟੀ ਵਧੀਆ ਹੋਵੇ। ਮੈਂ ਕਿਉਂ ਇਹ ਗੱਲ ਕਹਿ ਰਿਹਾ, ਕਿਉਂਕਿ ਮੈਂ 3-4 ਵਾਇਰਸ ਇੱਦਾਂ ਦੀਆਂ ਵੀ ਲਿਆਇਆ ਸੀਗਾ, ਜਿਹੜੀਆਂ ਥੋੜ੍ਹੀਆਂ ਲੋਅ ਕੁਆਲਿਟੀ ਦੀਆਂ ਸੀਗੀਆਂ, ਬਟ ਉਹ ਮੰਥ ਦੇ ਵਿੱਚ 2 ਮੰਥ 'ਚ ਹੀ ਖਰਾਬ ਹੋ ਗਈਆਂ ਸੀਗੀਆਂ। ਠੀਕ ਹੈ, ਅਤੇ ਸੋ ਵਧੀਆ ਕੁਆਲਿਟੀ ਦੀ ਲੈ ਜਿਹੜੀ ਕਾਫੀ ਟਾਈਮ ਤੱਕ ਤੁਹਾਡੀ ਚੱਲ ਪੈਣ। ਠੀਕ ਹੈ, ਬਾਕੀ ਇੱਕ ਮੈਂ ਜਿਹੜੀ ਚੀਜ਼ ਸੋਚਦਾ ਕਿ ਤੁਸੀਂ ਇੱਕ USB ਜ਼ਰੂਰ ਲੈ ਕੇ ਆਓ ਆਪਣੇ ਨਾਲ, ਪੈਨ ਡਰਾਈਵ ਜਿਹਨੂੰ ਆਪਾਂ ਕਹਿੰਦੇ ਹਾਂ।
ਪੈਨ ਡਰਾਈਵ ਦਾ ਰੀਜ਼ਨ ਕੀ ਹੈ, ਕਈ ਵਾਰੀ ਜਿਹੜੇ ਆਪਣੇ ਫੋਨ ਹੁੰਦੇ ਬਹੁਤ ਜਲਦੀ ਫਿਲ ਇਨ ਹੋ ਜਾਂਦੇ, ਤਾਂ ਆਪਾਂ ਜਿਹੜੇ ਆਪਣਾ ਡਾਕੂਮੈਂਟਸ ਹੋਣਗੇ ਆਪਾਂ ਡਾਇਰੈਕਟਲੀ ਆਪਣੇ USB ਦੇ ਵਿੱਚ ਜਿਹੜਾ ਹੈਗਾ ਉਹ ਪਾ ਸਕਦੇ ਹਾਂ, ਸੋ ਤੁਹਾਨੂੰ ਈਜ਼ੀ ਰਹੇਗਾ। ਠੀਕ ਹੈ, ਅਤੇ ਐਟ ਦੀ ਲਾਸਟ ਗਾਈਜ਼, ਜਿਹੜੀ ਚੀਜ਼ ਤੁਸੀਂ ਨਹੀਂ ਲੈ ਕੇ ਆਉਣੀ, ਮੈਨੂੰ ਜਿਹੜੀ ਲੱਗਦੀ ਹੈ ਤੁਸੀਂ ਨਾ ਲੈ ਕੇ ਆਇਓ, ਟ੍ਰਿਮਰ, ਹੇਅਰ ਡਰਾਇਰ ਜਾਂ ਆਇਰਨ, ਇੱਦਾਂ ਦੀ ਕੋਈ ਚੀਜ਼ ਇੱਥੇ ਲਿਆਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਸੋ ਦਾ ਰੀਜ਼ਨ ਕੀ ਹੈ ਤਾਂ ਕਿ ਜਿਹੜਾ ਕਰੰਟ ਜਾਂ ਵੋਲਟੇਜ ਜਿਹੜੀ ਹੈਗੀ ਹੈ ਇੱਥੋਂ ਦੀ ਕੈਨੇਡਾ ਦੀ ਇੰਡੀਆ ਦੇ ਨਾਲੋਂ ਹਾਫ ਹੁੰਦੀ ਹੈ, ਅਤੇ ਤੁਹਾਡਾ ਜਿਹੜੇ ਪ੍ਰੋਡਕਟਸ ਤੁਸੀਂ ਇੰਡੀਆ ਤੋਂ ਲੈ ਕੇ ਆਉਂਦੇ ਹੋ ਇਲੈਕਟ੍ਰੋਨਿਕਸ ਚਲਾਉਣ ਦੇ ਲਈ ਉਹ ਬਿਲਕੁਲ ਵਰਕ ਵਧੀਆ ਨਹੀਂ ਕਰਦੇ। ਈਵਨ ਤੋਂ ਮੇਰਾ ਜਿਹੜਾ ਨਾਲ ਦਾ ਫਰੈਂਡ ਯੁਵਰਾਜ ਜਿਹੜਾ ਹੈਗਾ ਆਪਣਾ ਭਰਾ, ਉਹ ਲੈ ਕੇ ਆਇਆ ਸੀ, ਉਹਦੇ ਪਾਪਾ ਲੈ ਕੇ ਆਏ ਸੀਗੇ ਦੁਬਈ ਤੋਂ ਸਮਾਨ, ਹੈ ਨਾ, ਬਹੁਤ ਵਧੀਆ ਜਿਹੜੀ ਸੀਗੀ ਉਹ ਟ੍ਰਿਮਰ ਸੀਗਾ, ਬਟ ਉਹੀ ਮੇਨ ਪ੍ਰੋਪਰ ਕਾਰਨ ਕੀ ਹੋਇਆ ਕਿ ਉਹ ਚਾਰਜਿੰਗ ਨਹੀਂ ਸਹੀ ਕਰਦਾ ਸੀਗਾ ਇੱਥੇ ਆ ਕੇ, ਅਤੇ ਉਹ ਵਰਕ ਹੀ ਨਹੀਂ ਵਧੀਆ ਕਰਦਾ, ਪਿਆ ਹੋਇਆ ਇੱਦਾਂ ਹੀ ਬਟ ਉਹ ਵਰਕ ਨਹੀਂ ਕਰਦਾ ਹੈਗਾ। ਅਤੇ ਇੱਥੇ ਕੋਈ ਟ੍ਰਿਮਰ ਇੰਨਾ ਮਹਿੰਗਾ ਨਹੀਂ ਹੈ, $20-30 ਦਾ ਹੱਦ ਬਹੁਤ ਵਧੀਆ ਮਿਲ ਜਾਂਦਾ। ਮੈਂ ਇੱਕ ਆਪਾਂ ਵੀ ਲਿਆ ਸੀਗਾ $24 ਦਾ, ਲਾਸਟ ਈਅਰਸ ਲਿਆ, ਹਜੇ ਤੱਕ ਬਹੁਤ ਵਧੀਆ ਚੱਲਦਾ ਪਿਆ। ਸੋ ਕੋਈ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਟ੍ਰਿਮਰ ਵਗੈਰਾ ਲਿਆਉਣ ਦੀ, ਵੀ ਤੁਸੀਂ ਆਪਣਾ ਬੈਗ ਹੀ ਭਰੋਗੇ, ਕੋਈ ਫਾਇਦਾ ਨਹੀਂ ਹੈ। ਠੀਕ ਹੈ, ਇਹ ਗੱਲ ਤਾਂ ਰਹੀ ਜੀ ਇਲੈਕਟ੍ਰੋਨਿਕਸ ਦੀ, ਅਤੇ ਇਹ ਸਾਈਡ ਦੇ ਉੱਤੇ ਮੈਂ ਤੁਹਾਨੂੰ ਸਕਰੀਨਸ਼ੋਟ ਦੇ ਰਿਹਾ, ਤੁਸੀਂ ਇਹਦੀ ਸਕਰੀਨਸ਼ੋਟ ਲੈ ਲਿਓ ਅਤੇ ਆਰਾਮ ਨਾਲ ਤੁਹਾਨੂੰ ਈਜ਼ੀ ਹੋ ਜਾਏਗਾ। ਠੀਕ ਹੈ, ਚਲੋ ਵੱਧਦੇ ਹਾਂ ਜੀ ਨੈਕਸਟ ਪਾਰਟ ਦੇ ਵੱਲ। ਸੋ ਨੈਕਸਟ ਪਾਰਟ ਗਾਈਜ਼ ਹੈਗਾ ਜੀ ਤੁਹਾਡਾ, ਆਪਾਂ ਕਲੋਜ਼ਿੰਗ 'ਤੇ ਵੀ ਆਵਾਂਗੇ, ਬਟ ਉਸ ਤੋਂ ਪਹਿਲਾਂ ਜਿਹੜਾ ਮੇਨ ਮੇਨ ਚੀਜ਼ਾਂ ਮੈਨੂੰ ਲੱਗਦੀਆਂ ਮੈਂ ਵੀ ਦੱਸਾਂ। ਸੋ ਕਿਚਨ ਦਾ, ਹੁਣ ਕਿਚਨ ਦਾ ਕਾਫੀ ਜ਼ਿਆਦਾ ਕੰਟਰੋਵਰਸ਼ੀਅਲ ਰਹਿੰਦਾ, ਕਿਉਂ? ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਜ਼ਰੂਰਤ ਹੈ, ਆਪਣੀਆਂ ਕਹਿ ਸਕਦੇ ਹਾਂ ਕਿ ਇੰਟਰਸਟ ਹੁੰਦਾ, ਕਈਆਂ ਨੂੰ ਕੁਕਿੰਗ ਵਧੀਆ ਲੱਗਦੀ ਹੈ, ਕਈਆਂ ਨੂੰ ਨਹੀਂ ਲੱਗਦੀ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਇਹ ਚੀਜ਼ ਸਭ ਤੋਂ ਜ਼ਿਆਦਾ ਵਧੀਆ, ਨੋਟ ਐਵਰੀਵੇਅਰ ਬਟ ਓਨਟਾਰੀਓ BC, ਦੋ ਜਗ੍ਹਾ ਦੀ ਗੱਲ ਕਰ ਰਿਹਾ, ਮੋਸਟਲੀ ਸਰੀ ਵਾਲੀ ਸਾਈਡਾਂ 'ਤੇ, ਸਾਰੇ ਪਾਸੇ ਟਿਫਿਨ ਸਰਵਿਸ ਜਿਹੜੀ ਹੈਗੀ ਆ ਪੰਜਾਬੀਆਂ ਦੇ ਲਈ ਬਹੁਤ ਵਧੀਆ ਅਵੇਲੇਬਲ ਹੈ। ਓਨਟਾਰੀਓ ਦੇ ਵਿੱਚ ਸਪੈਸ਼ਲ ਗੱਲ ਕਰਾਂ ਤਾਂ BC, ਕਿਉਂਕਿ ਇੱਥੇ ਆਪਣੇ ਪੰਜਾਬੀ ਜ਼ਿਆਦਾ ਰਹਿੰਦੇ ਨੇ। ਜੇ ਤੁਸੀਂ ਹੋਰ ਕਿਤੇ ਜਾ ਰਹੇ ਹੋ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਹੈ ਨਾ, ਇੱਦਾਂ ਦੀ ਜਗ੍ਹਾ 'ਤੇ ਜਾ ਰਹੇ ਹੋ, ਸਸਕੈਚੂਐਨ, ਉੱਥੇ ਮੈਂ ਸ਼ੋਰਟੀ ਨਹੀਂ ਦਿੰਦਾ ਕਿ ਇੱਥੇ ਆਪਣੀ ਮਤਲਬ ਕਿ ਸਰਵਿਸਿਜ਼ ਇੱਦਾਂ ਦੀਆਂ ਹੋਣਗੀਆਂ। ਅਗਰ ਕਿਸੇ ਨੂੰ ਪਤਾ ਕਿ ਉੱਥੇ ਵੀ ਸਰਵਿਸਿਜ਼ ਨੇ, ਪਲੀਜ਼ ਕਮੈਂਟ ਡਾਊਨ ਕਰੋ ਤਾਂ ਜੋ ਬਾਕੀਆਂ ਦੀ ਹੈਲਪ ਵੀ ਹੋ ਸਕੇ। ਠੀਕ ਹੈ, ਸੋ ਅਗਰ ਤੁਸੀਂ ਓਨਟਾਰੀਓ ਜਾਂ BC ਤੋਂ ਇਲਾਵਾ ਕਿਤੇ ਜਾ ਰਹੇ ਹੋ, ਮੈਂ ਤੁਹਾਨੂੰ ਇਹ ਚੀਜ਼ ਮੇਨ ਉਹਨਾਂ ਲਈ ਰਹੇਗੀ। ਸੋ ਨੋਨਸਟਿਕ ਪੈਨ ਇੱਕ ਲੈਣਾ ਗਾ ਇਸ, ਜਿੱਥੇ ਤੁਸੀਂ ਆਪਣਾ ਰੋਟੀ ਵਗੈਰਾ ਜਿੱਦਾਂ ਮਤਲਬ ਕਿ ਰੋਟੀ ਵਗੈਰਾ ਬਣਾ ਬਣੂ ਸਕੋ ਪ੍ਰੋਪਰ, ਹੈ ਨਾ, ਵਧੀਆ। ਦੂਜੇ ਨੰਬਰ ਦੇ ਉੱਤੇ ਮਸਾਲੇ, ਹੁਣ ਮਸਾਲੇ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਜਦੋਂ ਤੁਸੀਂ ਫਸਟ ਡੇ ਇੱਥੇ ਲੈਂਡ ਕਰੋਗੇ, ਇਹ ਤਾਂ ਨਹੀਂ ਹੈਗਾ ਕਿ ਨੈਕਸਟ ਡੇ ਹੀ ਤੁਸੀਂ ਸ਼ੋਪਿੰਗ ਕਰਨ ਚੱਲ ਜਾਓਗੇ, ਇੱਕ ਦੋ ਦਿਨ ਦੀ ਰੈਸਟ ਚਾਹੀਦੀ ਹੈ, ਰੋਟੀ ਤਾਂ ਤੁਸੀਂ ਖਾਣੀ ਹੈ ਕੋਈ ਨਾ ਕੋਈ। ਸੋ ਮਸਾਲੇ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਦੋ ਦੋ ਡੱਬੇ, ਤਿੰਨ ਤਿੰਨ ਡੱਬੇ, ਨਹੀਂ, ਬਸ ਛੋਟੇ ਛੋਟੇ ਪਾਊਚ ਬਣਾ ਲਓ ਕਿ ਮਹੀਨੇ ਆ ਤੁਹਾਡਾ ਜਿਹੜਾ ਕਿ 2 ਹਫ਼ਤੇ ਨਿਕਲ ਜਾਣ ਪ੍ਰੋਪਰ, ਨਾ ਕਿ ਤੁਸੀਂ ਯੂਜ ਟੂ ਹੋ ਜਾਓਗੇ ਸਰਾਊਂਡਿੰਗ 'ਤੇ ਵੀ, ਉਹ ਤੋਂ ਬਾਅਦ ਤੁਸੀਂ ਜਿੱਦਾਂ ਮਰਜ਼ੀ ਬਾਏ ਕਰ ਸਕਦੇ ਹੋ। ਮਸਾਲੇ ਕੋਈ ਮਹਿੰਗੇ ਨਹੀਂ ਹੈਗੇ, $1-1.5 ਦਾ ਮਸਾਲਾ ਮਿਲਣਾ, ਬਾਕੀ ਤੁਸੀਂ ਇੰਡੀਆ ਤੋਂ ਆਪਣੇ ਲਈ ਟਾਈਮ ਪਾਸ ਲਈ ਲੈ ਕੇ ਆਇਓ, ਠੀਕ ਹੈ, ਜ਼ਰੂਰ ਲੈ ਕੇ ਆਇਓ। ਅਤੇ ਉਹ ਤੋਂ ਬਾਅਦ ਪ੍ਰੈਸ਼ਰ ਕੁੱਕਰ, ਜੇ ਤਾਂ ਤੁਹਾਡਾ ਕੋਈ ਇੱਥੇ ਫਰੈਂਡ ਸਰਕਲ ਹੈਗਾ ਜਿਹਨਾਂ ਤੁਸੀਂ ਰਹਿਣਾ ਚਾਹ ਰਹੇ ਹੋ ਜਾਂ ਰਹਿਣ ਲਈ ਸੋਚਿਆ ਹੋਇਆ, ਅਤੇ ਉਹਨਾਂ ਕੋਲ ਆਲਰੇਡੀ ਸਮਾਨ ਹੈਗਾ, ਤਾਂ ਤੁਸੀਂ ਬਿਲਕੁਲ ਪ੍ਰੈਸ਼ਰ ਕੁੱਕਰ ਨਾ ਲੈ ਆਇਓ। ਬਟ ਅਗਰ ਤੁਸੀਂ ਇਕੱਲੇ ਰਹਿ ਰਹੇ ਹੋ, ਤੁਹਾਨੂੰ ਇੱਥੇ ਕੋਈ ਨਹੀਂ ਜਾਂਦਾ, ਮੈਂ ਚਾਹੁੰਦਾ, ਮੈਂ ਤਾਂ ਇਹੀ ਸੁਜੈਸਟ ਕਰਾਂਗਾ ਕਿ ਤੁਸੀਂ ਆਪਦਾ ਕੁੱਕਰ ਲੈ ਆਇਓ, 3-5 ਲੀਟਰ, ਜਿੰਨਾ ਤੁਹਾਨੂੰ ਵਧੀਆ ਲੱਗਦਾ, ਠੀਕ ਹੈ, ਤਾਂ ਜੋ ਤੁਹਾਨੂੰ ਕਿਸੇ 'ਤੇ ਡਿਪੈਂਡੈਂਟ ਹੋਣ ਦੀ ਲੋੜ ਨਾ ਪਵੇ। ਠੀਕ ਹੈ, ਐਟਲੀਸਟ ਹੋਣਾ ਚਾਹੀਦਾ ਆਪਦੇ ਕੋਲ ਕਿ ਜਦੋਂ ਮਰਜ਼ੀ ਤੁਹਾਨੂੰ ਲੋੜ ਪਵੇ ਤੁਸੀਂ ਯੂਜ਼ ਕਰ ਸਕਦੇ ਹੋ। ਠੀਕ ਹੈ, ਉਹ ਤੋਂ ਬਾਅਦ ਗਾਈਜ਼ ਜਿਹੜੀ ਹੈਗੀ ਆ ਗੱਲ ਕਿ ਇੱਕ ਤੁਸੀਂ ਪਰਾਤ ਛੋਟੀ ਜਿਹੀ ਲਿਆ ਜਾਓ, ਤੁਸੀਂ ਆਟਾ ਵਗੈਰਾ ਗੁੰਨ ਲਓਗੇ ਕਿਉਂਕਿ ਡੂੰਘਿਆਂ 'ਚ ਕਈ ਵਾਰੀ ਔਖਾ ਹੋ ਜਾਂਦਾ ਗੁੰਨਣਾ, ਛੋਟੀ ਜਿਹੀ ਪਰਾਤ ਲਿਆਓ, ਸੋ ਦੈਟ ਵਿਲ ਬੀ ਗੁੱਡ ਐਕਚੁਅਲੀ। ਠੀਕ ਹੈ, ਅਤੇ ਸੈਟ ਆਫ ਸਪੂਨ, ਪਲੇਟਸ, ਗਲਾਸਿਸ, ਅਤੇ ਉਹ ਤੋਂ ਬਾਅਦ ਫੋਕਸ ਹੋ ਗਏ, ਇੱਦਾਂ ਦੀ ਜਿਹੜੀ ਛੋਟੀਆਂ ਛੋਟੀਆਂ ਚੀਜ਼ਾਂ ਲਿਆਇਓ। ਬਟ ਮੇਕ ਸ਼ੋਰ, ਮੈਂ ਰਿਗਰੈਕਟ ਕਰ ਰਿਹਾ ਚੀਜ਼ ਬਾਰੇ, ਕਿ ਸਟੀਲਸ ਦੀ ਚੀਜ਼ਾਂ ਨਾ ਲਿਆਓ। ਸਟੀਲ ਦਾ ਕੀ ਹੁੰਦਾ, ਤਾਂ ਰਸਟ ਬਹੁਤ ਛੇਤੀ ਲੱਗ ਜਾਂਦੀ ਹੈ, ਅਤੇ ਉਹ ਜਿਹੜੇ ਸਟੀਲ ਦੇ ਸਾਡੇ ਲਈ ਵਰਥਲੈਸ ਹੈ, ਬਸ ਸਪੂਨ ਹੀ ਕੰਮ ਹੋ ਰਿਹਾ। ਉਹ ਤੋਂ ਬਾਅਦ ਗਲਾਸ 'ਤੇ ਵੀ ਰਸਟ ਲੱਗੀ ਹੈ, ਅਤੇ ਸਟੀਲਸ ਦੀ ਜਿਹੜੀਆਂ ਪਲੇਟਸ ਲਿਆਉਂਦੀਆਂ ਸੀਗੀਆਂ ਉਹਨਾਂ 'ਤੇ ਵੀ ਰਸਟਿੰਗ ਹੋਈ ਪਈ ਹੈ ਪ੍ਰੋਪਰ, ਸੋ ਉਹ ਵਰਕ ਨਹੀਂ ਕਰਨਗੀਆਂ। ਤੁਸੀਂ ਇਹਨਾਂ ਵਧੀਆ ਮਾਈਕ੍ਰੋਵੇਵ ਦੇ ਵਿੱਚ ਆਪਾਂ ਜਿਹੜੀ ਰੱਖ ਸਕਦੇ ਹਾਂ ਉਹ ਈਜ਼ੀ ਰਹੂਗਾ ਤੁਹਾਡੇ ਲਈ, ਤੁਸੀਂ ਉਹੀ ਲੈ ਕੇ ਆਓ। ਠੀਕ ਹੈ, ਉਹ ਤੋਂ ਬਾਅਦ ਗਾਈਜ਼ ਇੱਕ ਤੁਸੀਂ ਕੜਛੀ ਵਗੈਰਾ, ਜਿਹਨੂੰ ਸਪੈਚੁਲਾ ਵਗੈਰਾ, ਇੱਦਾਂ ਦੀ ਚੀਜ਼ਾਂ ਵੀ ਨਾਲ ਲੈ ਕੇ ਆਇਓ। ਠੀਕ ਹੈ, ਅਤੇ ਉਹ ਵੀ ਕਾਫੀ ਜ਼ਿਆਦਾ ਤੁਹਾਨੂੰ ਹੈਲਪਫੁਲ ਰਹੇਗਾ। ਅਤੇ ਉਹ ਤੋਂ ਇਲਾਵਾ ਇੱਕ ਤਵਾ ਲਿਆਇਓ, ਜੇ ਤੁਸੀਂ ਰੋਟੀ ਜਿਹੜੀ ਹੈਗੀ ਆਪਣੀ ਬਣਾ ਸਕੋਗੇ, ਹੈ ਨਾ। ਅਤੇ ਬਾਕੀ ਜੇ ਤੁਹਾਨੂੰ ਕੋਈ ਛੋਟੀ ਮੋਟੀ ਚੀਜ਼ ਹੋਰ ਤੁਸੀਂ ਐਡ ਆਨ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ। ਮੈਂ ਬਸ ਮੋਟੀ ਮੋਟੀ ਚੀਜ਼ਾਂ ਤੁਹਾਨੂੰ ਆਈਡੀਆ ਦੇ ਰਿਹਾ, ਮੈਂ ਇਹ ਨਹੀਂ ਚਾਹੁੰਦਾ ਕਿ ਮੈਂ ਤੁਹਾਨੂੰ ਪੂਰਾ ਬਰੀਫਲੀ ਦੱਸ ਦੇਵਾਂ, ਤੁਹਾਨੂੰ ਉਹ ਚੀਜ਼ ਬਿਲਕੁਲ ਵਰਥ ਵੀ ਨਾ ਹੋਵੇ, ਸੋ ਇਟ ਡਜ਼ਨਟ ਵਰਕ ਐਨੀ ਮੋਰ, ਡਜ਼ਨਟ ਮੇਕ ਐਨੀ ਸੈਂਸ, ਰਾਈਟ। ਸੋ ਇਹ ਸੀਗਾ ਸਾਰਾ ਕਿਚਨ ਦੇ ਬਾਰੇ। ਇੱਥੇ ਤੁਹਾਡੀ ਸਕਰੀਨਸ਼ੋਟ ਹੈਗਾ, ਇਸ ਤੋਂ ਸਕਰੀਨਸ਼ੋਟ ਲੈ
ਇਹ ਜਿਹੜੀ ਵੀ ਚੀਜ਼ ਮੈਂ ਇਹਦੇ ਬਾਰੇ ਦੱਸਾਂਗਾ ਇਹ ਸਾਰਾ ਕੁਝ ਤੁਸੀਂ ਟਰੈਵਲ ਬੈਗ ਦੇ ਹਿਸਾਬ ਨਾਲ ਲੈਣਾ, ਛੋਟਾ ਛੋਟਾ ਲੈਣਾ, ਕੋਈ ਵੱਡੀ ਚੀਜ਼ ਲੈਣ ਦੀ ਲੋੜ ਨਹੀਂ, ਕਿਉਂਕਿ ਸਾਰਾ ਕੁਝ ਵਾਲਮਾਰਟ, ਕੋਸਕੋ, ਸਾਰਾ ਕੁਝ ਏ ਟੂ ਜ਼ੈਡ ਉੱਥੋਂ ਮਿਲ ਜਾਂਦਾ ਹੁੰਦਾ। ਠੀਕ ਹੈ, ਇਹ ਤਾਂ ਬਸ ਮੈਂ ਇਹ ਚਾਹੁੰਦਾ ਕਿ ਜਿਹੜਾ ਹਫ਼ਤੇ ਦੋ ਤਿੰਨ ਜਿਹੜੇ ਤੁਹਾਡੀ ਸ਼ੁਰੂਆਤ ਦੇ ਹੋਣਗੇ, ਜਦੋਂ ਤੁਸੀਂ ਉਸ ਇਨਵਾਇਰਮੈਂਟ ਦੇ ਹੋਵੋਗੇ ਉਦੋਂ ਤੁਹਾਡੇ ਵਰਕ ਤੋਂ ਤੁਹਾਡੇ ਕੰਮ ਆ ਜਾਏਗਾ। ਠੀਕ ਹੈ, ਸੋ ਆਪਾਂ ਗੱਲ ਸ਼ੁਰੂ ਕਰਦੇ ਹਾਂ ਜੀ ਇੱਕ ਫੇਸ ਵਾਸ਼ ਤੋਂ, ਜਿਹੜਾ ਤੁਹਾਡੀ ਸਕਿਨ ਟੋਨ ਨੂੰ ਮੈਚ ਕਰਦਾ, ਤੁਸੀਂ ਉਹ ਲੈ ਕੇ ਆਓ। ਤੁਹਾਨੂੰ ਇੱਕ ਮੈਂ ਹੋਰ ਤੁਹਾਨੂੰ ਆਈਡੀਆ ਉਹ ਦੇਣਾ ਚਾਹੂੰਗਾ, ਜੇ ਤਾਂ ਕੋਈ ਫੇਸ ਵਾਸ਼ ਯੂਜ ਕਰਦਾ ਨਾ ਗਾਰਨੀਅਰ ਦਾ, ਮੈਨ ਫੇਸ ਵਾਸ਼ ਗਾਈਸ ਆਪਣਾ ਨਾਲ ਲੈ ਕੇ ਆਇਓ, ਇੱਥੇ ਨਹੀਂ ਮਿਲਦਾ, ਕਿਉਂਕਿ ਮੈਂ ਯੂਜ਼ ਕੀਤਾ ਸੀ ਹਿਮਾਲਿਆ ਦੇ, ਉਸ ਤੋਂ ਬਾਅਦ ਮੇਰੇ ਮੂੰਹ 'ਤੇ ਬਹੁਤ ਜ਼ਿਆਦਾ ਪਿੰਪਲ ਹੋਏ ਸੀ, ਹੁਣ ਜਾ ਕੇ ਥੋੜ੍ਹਾ ਸੈੱਟ ਹੋਇਆ, ਮੈਂ ਇੱਕ ਹੋਰ ਕੰਪਨੀ ਦਾ ਯੂਜ਼ ਕਰਨ ਲੱਗ ਗਿਆ। ਸੋ ਜੇ ਤੁਸੀਂ ਗਾਰਨੀਅਰ ਦਾ ਯੂਜ਼ ਕਰਦੇ ਹੋ, ਮੇਕ ਸ਼ੋਰ ਆਪਣੇ ਤਿੰਨ ਚਾਰ ਪੰਜ ਛੇ ਜਿੰਨੇ ਤੁਸੀਂ ਲਿਆਉਣੇ ਲੈ ਕੇ ਆਓ, ਠੀਕ ਹੈ, ਇੱਥੇ ਨਹੀਂ ਮਿਲਣੇ ਤੁਹਾਨੂੰ ਉਹਦੇ। ਉਸ ਤੋਂ ਬਾਅਦ ਟਾਵਲ ਗਾਈਸ, ਆਪਣੇ ਫੇਸ ਟਾਵਲ, ਬਾਡੀ ਟਾਵਲ ਜਿਹੜੇ ਹੈਗੇ, ਐਟਲੀਸਟ ਦੋ ਦੋ ਪੇਅਰਸ ਲੈ ਆਈਓ, ਠੀਕ ਹੈ, ਕਿਉਂਕਿ ਵਾਸ਼ਿੰਗ ਵਗੈਰਾ ਵੀ ਕਰਨੇ ਹੁੰਦੇ ਆ, ਸੋ ਉਹਦਾ ਥੋੜ੍ਹਾ ਧਿਆਨ ਰੱਖਿਓ। ਸ਼ੈਂਪੂ ਛੋਟਾ ਜਿਹਾ ਪੈਕ ਲੈ ਕੇ ਆਉਣਾ, ਵੱਡੇ ਲੈਣ ਦੀ ਲੋੜ ਨਹੀਂ ਹੈਗੀ। ਟੂਥਪੇਸਟ ਲਿਆਓ, ਤੁਸੀਂ ਸੋਪ ਲਿਆ ਸਕਦੇ ਹੋ, ਕੋਈ ਤੁਹਾਨੂੰ ਪਰਫਿਊਮ ਵਧੀਆ ਲੱਗਦਾ ਹੈ ਨਾ, ਜਿਹਦੀ ਫ੍ਰੈਗਰੈਂਸ ਤੁਹਾਨੂੰ ਵਧੀਆ ਲੱਗਦੀ, ਤੁਸੀਂ ਉਹ ਆਪਣੇ ਨਾਲ ਲੈ ਕੇ ਆ ਸਕਦੇ ਹੋ। ਹੇਅਰ ਸਪਰੇਅ ਲਿਆ ਸਕਦੇ ਹੋ, ਛੋਟੇ ਛੋਟੇ ਪੈਕ ਲਿਆਓ, ਜ਼ਿਆਦਾ ਜ਼ਿਆਦਾ ਲੈ ਲਿਆਉਣ ਦੀ ਲੋੜ ਨਹੀਂ, ਸੋ ਸਾਰਾ ਕੁਛ ਤੁਹਾਨੂੰ ਮਿਲ ਜਾਣਾ ਬਾਅਦ ਚੋਂ। ਠੀਕ ਹੈ ਜੀ, ਅਤੇ ਇਹ ਛੋਟੀ ਜਿਹੀ ਸੀਗੀ ਆਪਣੇ ਵੀਡੀਓ, ਛੋਟਾ ਜਿਹਾ ਪਾਰਟ ਸੀਗਾ ਜੀ ਆਪਣਾ ਪਰਸਨਲ ਹਾਈਜੀਨ ਦੇ। ਹੁਣ ਆਪਾਂ ਨੈਕਸਟ ਪਾਰਟ ਦੇ ਵੱਲ ਵੱਧਦੇ ਹਾਂ ਗਾਈਸ, ਚਲੋ। ਅਤੇ ਨੈਕਸਟ ਪਾਰਟ ਗਾਈਸ ਆਪਣਾ ਰਹੇਗਾ ਨਨ ਅਦਰ ਦੈਨ ਕਲੋਜ਼। ਹੁਣ ਆਪਾਂ ਕਲੋਜ਼ ਨੂੰ ਆਪਾਂ ਦੇਖਦੇ ਹਾਂ ਕਿ ਕਲੋਜ਼ ਦੇ ਵਿੱਚ ਕੀ ਲਿਆਉਣਾ। ਕਲੋਜ਼ ਦਾ ਵੀ ਸਾਰਾ ਕੁਛ ਮੈਂ ਤੁਹਾਨੂੰ ਉਹੀ ਕਿਹਾ ਸੀ, ਕੰਟਰੋਵਰਸ਼ੀਅਲ ਹੀ ਹੋ ਜਾਣੀ ਹੈ, ਸੋ ਕਿਉਂਕਿ ਹਰ ਇੱਕ ਦਾ ਆਪਣਾ ਆਪਣਾ ਜਿੱਦਾਂ ਮਤਲਬ ਸੋਚਣੀ ਹੈ ਜਾਂ ਆਪਣੇ ਆਪਣੇ ਇੰਟਰਸਟ ਨੇ, ਸੋ ਮੈਂ ਇਹ ਥੋੜ੍ਹਾ ਜਨੈਰਿਕ ਹੀ ਰੱਖਾਂਗਾ। ਸੋ ਤੁਸੀਂ ਫੋਰਮਲ ਸੂਟ ਲਿਆ ਸਕਦੇ ਹੋ ਇੱਕ, ਜਿਹੜਾ ਕਿ ਤੁਹਾਡੀ ਕਨਵੋਕੇਸ਼ਨ 'ਤੇ ਪੈ ਸਕਦਾ ਜਾਂ ਕੋਈ ਵੀ ਤੁਹਾਨੂੰ ਪਾਰਟੀ 'ਤੇ ਪਾਉਣਾ ਪੈਂਦਾ ਹੈ ਨਾ, ਸੋ ਆਪਣੇ ਹਿਸਾਬ ਨਾਲ ਜੇ ਤੁਹਾਨੂੰ ਵਧੀਆ, ਤੁਹਾਨੂੰ ਫੋਰਮਲ ਪਾਉਣੇ ਵਧੀਆ ਲੱਗਦਾ, ਤੁਸੀਂ ਫੋਰਮਲ ਵੱਧ ਲਿਆ, ਕੋਈ ਪ੍ਰੋਬਲਮ ਨਹੀਂ, ਐਟਲੀਸਟ ਇੱਕ ਲੈ ਕੇ ਆਉਣਾ। ਟਰਾਊਜ਼ਰ ਜਿਹੜੇ ਹੈਗੇ ਨੇ ਉਹ ਤੁਸੀਂ ਲਿਆ ਸਕਦੇ ਹੋ, ਬਟ ਮੇਕ ਸ਼ੋਰ ਕਰਿਓ ਬਲੈਕ ਜਾਂ ਬਲੂ ਇੱਕ ਤਾਂ ਜ਼ਰੂਰ ਲੈ ਕੇ ਆਓ ਟਰਾਊਜ਼ਰ, ਕਿਉਂਕਿ ਮੋਸਟ ਆਫ ਦੀ ਵਰਕ ਦੇ ਉੱਤੇ ਸਾਨੂੰ ਬਲੈਕ ਕੱਪੜੇ ਪਾਉਣੇ ਪੈਂਦੇ ਨੇ, ਭਾਵੇਂ ਉਹ ਸਿਕਿਉਰਿਟੀ ਦਾ ਹੋਵੇ, ਸਿਕਿਉਰਿਟੀ ਦੇ ਵਿੱਚ ਬਲੈਕ ਟਰਾਊਜ਼ਰ ਪਾਉਣਾ ਹੁੰਦਾ, ਸੋ ਉਹ ਤੁਹਾਡੇ ਆਪਣੀ ਫਿਟਿੰਗ ਦੇ ਹਿਸਾਬ ਨਾਲ ਲਿਆਉਂਗੇ ਤਾਂ ਬੈਸਟ ਹੋਊਗਾ ਤੁਹਾਡੇ ਲਈ, ਕਿਉਂਕਿ ਇੱਥੇ ਫਿਰ ਵੱਡੇ ਖੁੱਲ੍ਹੇ ਖੁੱਲ੍ਹੇ ਕੱਪੜੇ 'ਚ ਮਿਲਦੇ ਨੇ, ਅਤੇ ਉਹ ਤੁਸੀਂ ਨਾਲ ਟਰਾਊਜ਼ਰ ਇੱਕ ਬਲੈਕ ਲੈ ਕੇ ਜ਼ਰੂਰ ਆਉਣਾ। ਠੀਕ ਹੈ, ਬਾਕੀ ਨੰਬਰ ਆਫ ਤੁਸੀਂ ਆਪਣੇ 'ਤੇ ਡਿਪੈਂਡ ਆ, ਤੁਹਾਡੇ ਜਿੰਨੇ ਤੁਹਾਨੂੰ ਵਧੀਆ ਲੱਗਦੀ ਚੀਜ਼ ਉਹਨੇ ਤੁਸੀਂ ਕੁਆਂਟਿਟੀ ਵਧਾ ਲਓ। ਠੀਕ ਹੈ, ਸ਼ਰਟ ਜਿਹੜੀ ਹੈਗੀ ਆ ਗਾਈਸ, ਉਹ ਦੋ ਦਿਨ ਲੈ ਆਇਓ, ਪਲੇਨ ਵਾਈਟ ਜ਼ਰੂਰ ਲੈ ਕੇ ਆਉਣੀ ਅਤੇ ਪਲੇਨ ਬਲੈਕ ਵੀ ਜ਼ਰੂਰ ਲੈ ਕੇ ਆਉਣੀ ਹੈ। ਦੋ ਸ਼ਰਟਸ ਤੁਸੀਂ ਪ੍ਰੋਪਰ ਲੈ ਕੇ ਆਉਣੀ ਆ, ਇਹ ਵੀ ਮੈਂ ਕੰਮ ਦੇ ਪਰਪਸ ਦੇ ਲਈ ਹੀ ਕਹਿ ਰਿਹਾ, ਬਾਕੀ ਤੁਹਾਨੂੰ ਜਿੱਦਾਂ ਆਪਣੇ ਪਾਰਟੀ ਵਗੈਰਾ ਦੇ ਲਈ ਤੁਸੀਂ ਲੈਣੀ ਆ, ਉਹ ਤੁਹਾਡੀ ਆਪਣੀ ਮਰਜ਼ੀ, ਰਾਈਟ। ਅਤੇ ਟੀ ਸ਼ਰਟਸ ਜਿਹੜੀਆਂ ਹੈਗੀਆਂ ਗਾਈਸ, ਅਪ ਟੂ ਯੂ, ਬਲੈਕ ਐਂਡ ਵਾਈਟ ਅਗੇਨ ਜ਼ਰੂਰ ਲੈ ਕੇ ਆਇਓ, ਬਾਕੀ ਤੁਹਾਡੇ ਨੰਬਰ ਆਫ ਤੁਹਾਡੇ ਉੱਤੇ ਹੀ ਆ। ਅੰਡਰ ਗਾਰਮੈਂਟਸ ਬਹੁਤ ਜ਼ਰੂਰੀ ਨੇ, ਮੈਂ ਤਾਂ ਕਹਿੰਦਾ ਜੀ 12 ਤੋਂ 15 ਪੀਸ ਲਿਆਇਓ, ਭਲਾ ਤੁਸੀਂ ਰਿਗਰੈਟ ਨਹੀਂ ਕਰੋਗੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਓਨਟਾਰੀਓ BC ਦੇ ਵਿੱਚ ਤਾਂ ਹੁੰਦਾ, ਚਲੋ ਲਾਂਡਰੀ ਜਿਹੜੀ ਅਵੇਲੇਬਲ ਹੋ ਜਾਂਦੀ, ਬਟ ਕਈ ਜਗ੍ਹਾ 'ਤੇ ਇੱਥੇ ਵੀ ਹੁੰਦਾ ਕਿ ਤੁਹਾਨੂੰ ਕੋਇਨ ਲਾਂਡਰੀ ਕਰਨੀ ਪੈਂਦੀ ਹੈ, ਜਿਹੜੀ ਕਿ ਸਾਨੂੰ ਆਲਮੋਸਟ $5 ਜਿਹੜੇ ਹੈਗੇ ਨੇ ਉਹ ਕੋਸਟ ਕਰਦੀ ਹੈ। ਸੋ ਆਪਾਂ ਨੂੰ ਵੀਕਲੀ ਕਰਨਾ ਬਹੁਤ ਮੁਸ਼ਕਲ ਹੈ, ਬਾਈ ਵੀਕਲੀ ਕਰਾਂਗੇ ਫਿਰ ਹੀ ਸਾਨੂੰ ਸਰਨਾ। ਠੀਕ ਹੈ, ਹਾਂ ਕਈ ਜਗ੍ਹਾ 'ਤੇ ਇੱਦਾਂ ਵੀ ਹੁੰਦਾ ਕਿ ਤੁਹਾਨੂੰ ਵੀਕਲੀ ਤੁਸੀਂ ਕਰ ਸਕਦੇ ਹੋ ਜਾਂ ਐਵਰੀ ਡੇ ਆਫਟਰ 6 ਤੋਂ ਬਾਅਦ ਤੁਸੀਂ ਕਰ ਸਕਦੇ, ਕਿਉਂਕਿ ਮੈਂ ਜਿੱਥੇ ਰਹਿੰਦਾ ਉੱਥੇ ਇੱਦਾਂ ਹੀ ਹੈ ਕਿ 6-7 ਵਜੇ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਲਾਂਡਰੀ ਕਰ ਸਕਦੇ ਸ਼ਾਮ ਦੇ। ਸੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਬਟ ਮੈਂ ਸਾਰਿਆਂ ਨੂੰ ਲੈ ਕੇ ਜਾ ਰਿਹਾ ਕਿ ਕਈ ਹਰ ਜਗ੍ਹਾ 'ਤੇ ਨਹੀਂ, ਮਤਲਬ ਇੱਦਾਂ ਦੀ ਹੁੰਦੀ, ਕਈ ਜਗ੍ਹਾ ਦੇ ਉੱਤੇ ਨਹੀਂ ਅਲਾਓ ਕਰਦੇ, ਹੈ ਨਾ। ਸੋ ਤੁਸੀਂ ਵੱਧ ਪੇਅਰਸ ਲੈ ਕੇ ਆਓਗੇ, ਇੰਨਾ ਵਧੀਆ ਹੀ ਹੋਵੇ, ਤੁਸੀਂ ਚੇਂਜ ਕਰ ਸਕੋਗੇ ਹਰ ਦਿਨ, ਹੈ ਨਾ। ਅਤੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਆਪਣੇ ਅੰਡਰ ਗਾਰਮੈਂਟਸ ਜਿਹੜੇ ਹੈਗੇ ਉਹ ਲੈ ਕੇ ਆਇਓ। ਉਹ ਤੋਂ ਬਾਅਦ ਗਾਈਸ ਗੱਲ ਕਰਦੇ ਹੁਡੀਜ਼ ਦੀ, ਹੁਡੀਜ਼ ਬਹੁਤ ਜ਼ਰੂਰੀ ਨੇ, ਹੁਡੀਜ਼ ਮੋਸਟ ਆਫ ਦ ਸੀਜ਼ਨ ਇੱਥੇ ਪੈਂਦੀ ਪੈਂਦੀ ਹੈ, ਭਲਾ ਸਰਦੀ ਹੈ, ਭਲਾ ਠੰਡ ਆ, ਭਲਾ ਗਰਮੀ ਹੈ। ਠੀਕ ਹੈ, ਹੁਡੀਜ਼ ਜਿਹੜੀਆਂ ਆਪਣੇ ਹਿਸਾਬ ਨਾਲ ਜਿੰਨੀਆਂ ਤੁਸੀਂ ਵੱਧ ਲਿਆਉਣੀ ਚਾਹੁੰਦੇ ਤੁਸੀਂ ਲੈ ਸਕਦੇ ਹੋ। ਅਤੇ ਜੈਕਟ ਦੀ ਗੱਲ ਕਰੀਏ, ਜੈਕਟ ਮੈਂ ਤਾਂ ਇਹ ਕਹਾਂਗਾ ਨਾ ਲਿਆਇਓ, ਜੇ ਤੁਹਾਡੇ ਕੋਲ ਹੈਗੀ ਆ ਕੋਈ ਪਈ ਉਹ ਤੁਸੀਂ ਲਿਆਓ, ਨਵੀਂ ਖਰੀਦਣ ਦੀ ਬਿਲਕੁਲ ਜ਼ਰੂਰਤ ਨਹੀਂ, ਕਿਉਂਕਿ ਇੱਥੋਂ ਦਾ ਟੈਂਪਰੇਚਰ ਇੰਡੀਆ ਦੇ ਨਾਲੋਂ ਤੁਹਾਨੂੰ ਪਤਾ ਬਹੁਤ ਜ਼ਿਆਦਾ ਮਾਈਨਸ 'ਚ ਜਾਂਦਾ, ਅਤੇ ਇੱਥੋਂ ਦੀ ਜਿਹੜੀਆਂ ਚੀਜ਼ਾਂ ਨੇ ਉਹ ਇੱਥੋਂ ਦੇ ਹਿਸਾਬ ਨਾਲ ਬਣੀਆਂ ਹੋਈਆਂ ਨੇ, ਅਤੇ ਇੰਡੀਆ ਦੀ ਇੰਡੀਆ ਦੇ ਹਿਸਾਬ ਨਾਲ। ਹਾਂ, ਜੇ ਤੁਹਾਡੇ ਕੋਈ ਪਈ ਹੋਈ ਨੇ ਜਿਹੜੀ ਤੁਹਾਨੂੰ ਵਧੀਆ ਲੱਗਦੀ, ਜ਼ਿਆਦਾ ਫੇਵਰੇਟ ਆ, ਉਹ ਡੈਫੀਨੇਟਲੀ ਤੁਸੀਂ ਲੈ ਕੇ ਆ ਸਕਦੇ, ਪਰ ਨਵੀਂ ਨਾ ਬਿਲਕੁਲ ਮਿਲਿਓ। ਠੀਕ ਹੈ, ਮੈਂ ਜਿਹੜੀ ਪਾਈ ਸੀਗੀ ਮੇਰੇ ਫਾਦਰ ਸਾਹਿਬ ਦੀ, ਮੈਂ ਲੈ ਕੇ ਆਉਣੀ ਸੀ, ਹੋਏ ਤੱਕ ਮੈਂ ਪਾਉਂਦਾ ਹੀ ਹਾਂ, ਅਤੇ ਮੇਰੇ ਲਈ ਤਾਂ ਵਧੀਆ ਕੰਮ ਕਰ ਰਹੀ ਹੈ, ਕਿਉਂਕਿ ਮੈਂ ਤਾਂ ਗੱਡੀ 'ਚ ਹੁੰਦਾ ਮੋਸਟਲੀ। ਠੀਕ ਹੈ, ਜਾਂ ਮੈਂ ਜੇ ਜੈਕਟ ਪਾਈ ਹੁੰਦੀ ਹੈ ਤਾਂ ਮੈਂ ਉਹਦੇ ਉੱਤੇ ਕੋਟ ਵੀ ਪਾਉਣਾ ਹੁੰਦਾ, ਸੋ ਮੈਨੂੰ ਨਹੀਂ ਕੋਈ ਪ੍ਰੋਬਲਮ ਆਈ। ਸੋ ਤੁਸੀਂ ਨਾ ਲੈ ਕੇ ਆਓ, ਜੇ ਤੁਹਾਡੇ ਕੋਲ ਹੈਗੀ ਤਾਂ ਲੈ ਆਓ। ਠੀਕ ਹੈ, ਅਤੇ ਉਹ ਤੋਂ ਬਾਅਦ ਗਾਈਸ ਗੱਲ ਆਉਂਦੀ ਥਰਮਲ ਸੀ, ਥਰਮਲ ਜ਼ਰੂਰੀ ਚਾਹੀਦੇ ਨੇ ਇੱਥੇ। ਠੀਕ ਹੈ, ਐਟਲੀਸਟ 2 ਤਾਂ ਲੈ ਕੇ ਆਓ। ਠੀਕ ਹੈ, ਦੋ
ਮਫਲਰਸ ਵਗੈਰਾ ਜਿਹੜੇ ਹੈਗੇ ਨੇ ਜਾਂ ਕੈਪਸ ਨੇ ਜਿਹੜੀਆਂ ਉਹ ਥੋੜ੍ਹੀਆਂ ਮਹਿੰਗੀ ਮਿਲਦੀਆਂ ਨੇ, ਸੋ ਤੁਸੀਂ ਲੈ ਕੇ ਆ ਸਕਦੇ ਹੋ। ਮੈਂ ਤੁਹਾਨੂੰ ਇੱਕ ਕੈਪ ਜਿਹੜੀ ਮੈਂ ਲੈ ਕੇ ਆਇਆ ਸੀ ਨਾ, ਮੈਂ ਤੁਹਾਡੀ ਇੱਥੇ ਫੋਟੋ ਪਾਊਂਗਾ, ਤੁਸੀਂ ਉਹ ਵਾਲੀ ਲੈ ਕੇ ਆਉਣਾ, ਤੁਹਾਡਾ ਫੇਸ ਵੀ ਕਵਰ ਹੋ ਜਾਂਦਾ ਅਤੇ ਕੰਨ ਡਬਲ ਕਵਰ ਹੋ ਜਾਂਦੇ। ਇੱਕ ਟੋਪੀ ਹੁੰਦੀ ਹੈ, ਇੱਕ ਮੂੰਹ ਪੂਰਾ ਕਵਰ ਕਰ ਦਿੰਦੀ ਹੈ, ਉਹ ਬੈਸਟ ਲੱਗੀ ਮੈਨੂੰ ਅਤੇ ਮੈਂ ਹੋਰ ਵੀ ਘਰੋਂ ਮੰਗਵਾਈਆਂ ਨੇ। ਤੁਸੀਂ ਵੀ ਉਹ ਮੇਕ ਸ਼ੋਰ ਕਰਿਓ ਕਿ ਤੁਹਾਨੂੰ ਜੇ ਮਿਲਦੀ ਹੈ ਤੁਸੀਂ ਪੱਕਾ ਲੈ ਕੇ, ਤੁਹਾਨੂੰ ਮੈਂ ਇੱਥੇ ਫੋਟੋ ਸਕਰੀਨਸ਼ੋਟ ਖਿੱਚ ਕੇ ਭੇਜ ਲਾਈ ਹੋਈ ਹੈ, ਆਹ ਦੇਖ ਲਓ, ਬੈਸਟ ਰਹੋਗੇ ਤੁਸੀਂ। ਠੀਕ ਹੈ, ਟਰੈਕ ਸੂਟ ਲਿਆਇਓ ਅਤੇ ਗਾਇਸ਼ ਬਾਕੀ ਸ਼ੋਰਟਸ ਲੈ ਕੇ ਆਇਓ ਜ਼ਰੂਰ। ਸ਼ੋਰਟਸ ਤਾਂ ਬਹੁਤ ਜ਼ਰੂਰੀ, ਰਾਤ ਲਈ ਮੈਂ ਨਹੀਂ ਲੈਂਦੀਆਂ ਸੀਗੀਆਂ, ਸੋ ਮੈਨੂੰ ਪਜਾਮੇ ਪਜੁਮੇ ਜੀ ਹੋਣਾ ਪੈਂਦਾ ਸੀਗਾ ਅਤੇ ਪਜਾਮੇ ਜਿਹੜੇ ਹੈਗੇ ਉਹ ਵੀ ਤੁਸੀਂ ਆਪਣੇ ਹਿਸਾਬ ਨਾਲ ਲਿਆ ਸਕਦੇ ਹੋ, ਨੰਬਰ ਆਫ ਕੁਆਂਟੀਟੀਜ਼, ਬਟ ਐਟਲੀਸਟ ਲੈ ਕੇ ਜ਼ਰੂਰ ਆਇਓ ਕਿਉਂਕਿ ਪਜਾਮੇ ਕੰਮਾਂ ਕਾਰਾਂ ਦੇ ਉੱਤੇ ਪਜਾਮੇ ਹੀ ਪਹਿਣਗੇ ਤੁਹਾਡੇ ਮੋਸਟਲੀ। ਪਰ ਜੇ ਤੁਸੀਂ ਐਡਮਿਨਿਸਟ੍ਰੇਟਿਵ ਵਰਕ ਹੋਏਗਾ ਤਾਂ ਤੁਹਾਡੀਆਂ ਪੈਂਟਸ ਵਗੈਰਾ ਪੈਣਗੀਆਂ, ਚਲੋ ਹੋਪ ਕਰਦਾ ਤੁਹਾਨੂੰ ਸ਼ੁਰੂਆਤ 'ਚ ਹੀ ਮਿਲ ਜਾਵੇ ਤਾਂ ਵਧੀਆ, ਬਾਕੀ ਪਜਾਮੇ ਡੈਫੀਨੇਟਲੀ ਚਾਹੀਦੇ ਹੀ ਚਾਹੀਦੇ ਨੇ। ਠੀਕ ਹੈ, ਇੱਕ ਬੈਲਟ ਲਿਆਇਓ ਛੋਟੀ ਜਿਹੀ ਜਿਹੜੀ ਤੁਹਾਡੇ ਕੰਮ ਆ ਜਾਵੇ ਅਤੇ ਇੱਕ ਟ੍ਰੈਡੀਸ਼ਨਲ ਸੂਟ, ਪਜਾਮਾ ਕੁੜਤਾ ਹੋ ਗਿਆ ਹੈ ਨਾ ਅਤੇ ਕੁੜੀਆਂ ਦੇ ਲਈ ਜਿੱਦਾਂ ਜੋ ਵੀ ਪਾਉਂਦੇ ਨੇ ਸੂਟ ਜਿਹੜਾ ਉਹ ਪਾਉਂਦੇ ਨੇ ਉਹ ਲੈ ਕੇ ਆਓ, ਇੱਕ ਲੈ ਕੇ ਆਓ ਐਟਲੀਸਟ, ਵਧੀਆ ਹੋਊਗਾ। ਅਤੇ ਉਹ ਤੋਂ ਬਾਅਦ ਆਪਾਂ ਕਲੋਜ਼ ਦੇ ਨਾਲ ਇੱਥੇ ਐਂਡਿੰਗ ਕਰਦੇ ਹਾਂ। ਜੋ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀ ਹੈ ਕਿ ਹੋਰ ਤੁਸੀਂ ਐਡ ਔਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਕਰ ਸਕਦੇ ਹੋ ਨਾ, ਇਹ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ, ਅਤੇ ਇੱਥੇ ਮੈਂ ਸਕਰੀਨਸ਼ੋਟ ਪਾ ਦਿੰਦਾ ਗਾਇਸ, ਤੁਸੀਂ ਸਕਰੀਨਸ਼ੋਟ ਲਵੋ ਅਤੇ ਈਜ਼ੀ ਤੁਹਾਡੇ ਲਈ ਰਹੇਗਾ। ਠੀਕ ਹੈ, ਮੋਸਟ ਤੁਹਾਡੀ ਹੈਲਪ ਕਰਨ ਲਈ ਮੈਂ ਕੀ ਕਰਾਂਗਾ ਕਿ ਇੱਕ PDF ਵੀ ਜਨਰੇਟ ਕਰ ਦਾਂਗਾ ਜਿਹੜੀ ਕਿ ਮੈਂ ਇਹਦੇ ਨਾਲ ਅਟੈਚ ਕਰ ਦੂੰਗਾ, ਤੁਸੀਂ ਡਾਊਨਲੋਡ ਕਰੋ ਆਰਾਮ ਨਾਲ ਅਤੇ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਪੈਕਿੰਗ ਕਰ ਸਕਦੇ ਹੋ। ਰਾਈਟ, ਅਤੇ ਗਾਇਸ ਹੁਣ ਆਪਾਂ ਗੱਲ ਕਰਦੇ ਸ਼ੂਜ਼ ਦੀ। ਸ਼ੂਜ਼ ਇਸ ਤਰੀਕੇ ਨਾਲ ਕਿ ਇੱਥੇ ਜਿਹੜਾ ਫੈਕਟ ਆ ਕਿ ਤੁਹਾਨੂੰ ਤੁਰਨਾ ਬਹੁਤ ਪੈਣਾ। ਠੀਕ ਹੈ, ਇੱਦਾਂ ਨਹੀਂ ਹੁੰਦਾ ਕਿ ਬੱਸਾਂ ਜਿੱਦਾਂ ਇੰਡੀਆ 'ਚ ਹੁੰਦਾ ਸੀ, ਇੱਥੇ ਹੱਥ ਮਾਰਦੇ ਗੱਡੀ ਉੱਥੇ ਬੱਸ ਖਲੋ ਜਾਂਦੀ, ਬਟ ਇੱਥੇ ਨਹੀਂ ਹੁੰਦਾ। ਇੱਥੇ ਪ੍ਰੋਪਰ ਸਟੋਪਸ ਬਣੇ ਹੋਏ ਨੇ ਅਤੇ ਕਾਫੀ ਦੂਰ ਦੂਰ ਤੱਕ ਹੁੰਦੇ ਨੇ, ਅਤੇ ਸਾਨੂੰ ਤੁਰਨਾ ਬਹੁਤ ਪਏਗਾ। ਇਸ ਕਰਕੇ ਸਪੋਰਟਸ ਸ਼ੂਜ਼ ਜ਼ਰੂਰ ਲੈ ਕੇ ਆਇਓ ਅਤੇ ਜਿਹੜੀ ਕੁਆਲਿਟੀ ਹੈ ਨਾ ਉਹਦੇ ਨਾਲ ਬਿਲਕੁਲ ਕੰਪਰੋਮਾਈਜ਼ ਨਾ ਕਰੋ ਗਾਇਸ, ਜੇ ਕੰਪਰੋਮਾਈਜ਼ ਕਰੋਗੇ ਪ੍ਰੋਬਲਮ ਤੁਹਾਨੂੰ ਕ੍ਰੀਏਟ ਹੋਣੀ ਹੈ। ਸੋ ਕੁਆਲਿਟੀ ਵਧੀਆ ਲੈ ਕੇ ਆਇਓ। ਠੀਕ ਆ, ਦੋ ਐਟਲੀਸਟ ਜਿਹੜੇ ਹੈਗੇ ਤੁਹਾਡੇ ਕੋਲ ਸਪੋਰਟਸ ਸ਼ੂਜ਼ ਹੋਣੇ ਚਾਹੀਦੇ ਨੇ, ਅਤੇ ਜਿਹੜੇ ਸਨੀਕਰਸ ਜਿਹੜੇ ਹੈਗੇ ਤੁਸੀਂ ਆਪਣੇ ਹਿਸਾਬ ਨਾਲ 2 ਦਿਨ ਲੈ ਕੇ ਆ ਸਕਦੇ ਹੋ, ਅਲੱਗ ਅਲੱਗ ਆਪਣੇ ਜਿੱਦਾਂ ਵੀ ਤੁਸੀਂ ਕੱਪੜੇ ਪਾਉਂਦੇ ਉਸ ਹਿਸਾਬ ਦੇ ਨਾਲ ਨਾ ਕਲਰ, ਅਤੇ ਉਹ 'ਚ ਮੈਂ ਕੁਛ ਨਹੀਂ ਕਹਿ ਸਕਦਾ। ਪਾਰਟੀ ਸਟਾਈਲ ਇੱਕ ਲਿਆਇਓ ਜੇ ਤੁਸੀਂ ਆਪਣਾ ਦੂਜੇ ਸੂਟ ਲੈ ਕੇ ਆ ਰਹੇ ਹੋ। ਠੀਕ ਆ, ਅਤੇ ਸਲੀਪਰਸ ਜਾਂ ਸਲਾਈਡਰਸ ਜਿਹੜੇ ਹੈਗੇ ਨੇ ਉਹ ਵੀ 2 ਪੇਅਰ ਲੈ ਆਇਓ, ਉਹ ਵੀ ਵਧੀਆ ਰਹਿਣਗੇ। ਸਲਾਈਡਰਸ ਮੈਂ ਜ਼ਿਆਦਾ ਪ੍ਰੈਫਰ ਕਰੂੰਗਾ, ਕਈ ਵਾਰੀ ਆਪਾਂ ਜਰਾਬਾਂ ਪਾਈਆਂ ਹੁੰਦੀਆਂ ਈਜ਼ੀ ਰਹਿੰਦਾ, ਸਲੀਪਰਸ ਸਮਟਾਈਮਸ ਉਹ ਔਖਾ ਹੋ ਜਾਂਦਾ ਕੰਮ ਹੈ ਨਾ। ਅਤੇ ਸਨੋ ਸ਼ੂਜ਼ ਗਾਇਜ਼ ਬਿਲਕੁਲ ਬਾਏ ਨਹੀਂ ਕਰਨੇ ਆਪਾਂ ਇੰਡੀਆ ਤੋਂ, ਸਨੋ ਸ਼ੂਜ਼ ਜਾਂ ਸੇਫਟੀ ਸ਼ੂਜ਼ ਜਿਹੜੇ ਹੈ ਨਾ ਬਿਲਕੁਲ ਇੰਡੀਆ ਤੋਂ ਬਾਏ ਨਹੀਂ ਕਰਨੇ। ਸੇਮ ਰੀਜ਼ਨ ਬੀਂਗ ਉਹੀ ਹੈ ਕਿ ਇਨਵਾਇਰਮੈਂਟ ਚੇਂਜ ਹੈ, ਇਨਵਾਇਰਮੈਂਟ ਡਿਫਰੈਂਸ ਹੈਗਾ ਅਤੇ ਕਲਾਈਮੇਟ ਡਿਫਰੈਂਸ ਹੈ। ਸੋ ਇੰਡੀਆ ਦੇ ਵਿੱਚ ਠੰਡ ਘੱਟ ਹੁੰਦੀ ਹੈ ਅਤੇ ਜ਼ਿਆਦਾ ਹੁੰਦੀ ਹੈ, ਉਸ ਹਿਸਾਬ ਨਾਲ ਬਣਾਏ ਹੁੰਦੇ ਨੇ, ਬਿਲਕੁਲ ਉੱਥੋਂ ਬਾਏ ਕਰਨ ਦੀ ਲੋੜ ਨਹੀਂ, ਇੱਥੋਂ ਅੱਗੇ ਬਾਏ ਕਰਾਂਗੇ। ਠੀਕ ਹੈ, ਚਲੋ ਜੀ, ਇਹਦੇ ਨਾਲ ਆਪਾਂ ਸ਼ੂਜ਼ ਦਾ ਵੀ ਡਨ ਕਰਤਾ। ਹੁਣ ਆਪਾਂ ਗੱਲ ਕਰਾਂਗੇ ਗਾਈਸ ਕਿ ਬੈਗਿੰਗ, ਕਿ ਬੈਗ ਸਾਨੂੰ ਕਿਹੜੇ ਕਿਹੜੇ। ਅਤੇ ਮੈਂ ਹੁਣ ਆਪਣੀ ਗਲਤੀ ਤੋਂ ਸਿੱਖਿਆ, ਕਿਉਂਕਿ ਮੈਂ ਜਦੋਂ ਆਇਆ ਸੀਗਾ ਮੈਂ ਅਮੈਰੀਕਨ ਟੂਰਿਸਟਰ ਦੇ ਬੈਗ ਲੈਂਦੇ ਸੀ, ਮਹਿੰਗੇ ਬੈਗ ਸੀ ਕਾਫੀ ਜ਼ਿਆਦਾ, ਬਟ ਇੰਨੇ ਮਹਿੰਗੇ ਬੈਗ ਲਿਆਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਜਿੰਨੇ ਤੁਹਾਨੂੰ ਵਧੀਆ ਮਤਲਬ ਕਿ ਡੀਲ ਦੇ ਵਿੱਚ ਮਿਲਦੇ ਆ ਉਹਨੇ ਚੱਕ ਲਓ, ਕੁਆਲਿਟੀ ਦੇ ਨਾਲ ਤੁਹਾਨੂੰ ਤੁਸੀਂ ਕੰਪਰੋਮਾਈਜ਼ ਕਰ ਸਕਦੇ ਉਹਦੇ 'ਚ, ਕਿਉਂਕਿ ਬੈਗ ਸਾਡੇ ਬਿਲਕੁਲ ਕੰਮ ਨਹੀਂ ਆਉਂਦੇ ਬਾਅਦ 'ਚੋਂ, ਇੱਦਾਂ ਹੀ ਪਏ ਹੁੰਦੇ ਨੇ, ਮੇਰੇ ਵੀ ਇੱਦਾਂ ਹੀ ਪਏ ਆ 2 ਦੇ 2 ਬੈਗ। ਸੋ ਉਹ ਤੁਸੀਂ ਦੇਖ ਲਿਓ। ਠੀਕ ਹੈ, ਬਸ ਰੈਪ ਜਿਹੜੇ ਹੈਗਾ ਉਹਨੂੰ ਵਧੀਆ ਤਰੀਕੇ ਨਾਲ ਕਰ ਲਿਓ ਤਾਂ ਜੋ ਤੁਹਾਡਾ ਸਮਾਨ ਬਾਹਰ ਨਾ ਨਿਕਲੇ। ਠੀਕ ਹੈ, ਉਹ ਤੋਂ ਬਾਅਦ ਤੁਹਾਡੇ ਮੈਨੂੰ ਨਹੀਂ ਲੱਗਦਾ ਹਾਰਡਲੀ ਕਿਤੇ ਜੇ ਮੂਵ ਇਨ ਮੂਵ ਆਊਟ ਕਰਨਾ ਹੁੰਦਾ ਉਦੋਂ ਹੀ ਕੰਮ ਆਉਣਗੇ, ਉਸ ਤੋਂ ਇਲਾਵਾ ਤੁਹਾਡੇ ਬਿਲਕੁਲ ਬੈਗਸ ਕੰਮ ਨਹੀਂ ਆਉਣੇ। ਅਤੇ ਉਸ ਤੋਂ ਇਲਾਵਾ ਤੁਸੀਂ 2 ਬੈਗ ਜਿਹੜੇ ਆਪਣੇ ਸੂਟਕੇਸ ਜਿਹਨੂੰ ਲਗੇਜ ਕਹਿੰਦੇ ਆ, ਅਤੇ ਉਸ ਤੋਂ ਇਲਾਵਾ 2 ਬੈਗ ਜਿਹੜੇ ਹੈਗੇ ਤੁਸੀਂ ਵੈਸੇ ਵੀ ਜਿਹੜੇ ਬੈਕਪੈਕ ਹੈ ਉਹ ਲੈ ਕੇ ਆਓ, ਬੈਕਪੈਕ ਤਾਂ ਮੈਂ 2 ਕਹਿ ਰਿਹਾ, ਇੱਕ ਜਿਹੜਾ ਤੁਸੀਂ ਕੰਮ 'ਤੇ ਲੈ ਕੇ ਜਾ ਸਕੋ, ਦੂਸਰਾ ਜਿਹੜਾ ਤੁਸੀਂ ਆਪਣੇ ਸਕੂਲ ਦੇ ਵਿੱਚ ਆਪਣੇ ਕਾਲਜ ਦੇ ਵਿੱਚ ਲੈ ਕੇ ਜਾ ਸਕੋ। ਠੀਕ ਹੈ, ਅਤੇ ਉਸ ਤੋਂ ਇਲਾਵਾ ਕੋਈ ਵੀ ਬ੍ਰਾਂਡਿਡ ਬੈਗ ਖਰੀਦਣ ਦੀ ਲੋੜ ਨਹੀਂ ਕਿ ਗਰਲਸ ਸਪੈਸ਼ਲ ਤੁਹਾਡੇ ਲਈ, ਕਿਉਂਕਿ ਇੱਥੇ ਜਿਹੜੇ ਹੈਗੇ ਬੈਗਸ ਬਹੁਤ ਸਸਤੇ ਨੇ, ਚੀਪ ਰੇਟਸ 'ਤੇ ਮਿਲ ਜਾਂਦੇ, ਵਧੀਆ ਕੁਆਲਿਟੀ ਦੇ, ਵਧੀਆ ਕੰਪਨੀ ਦੇ, ਅਤੇ ਉੱਥੋਂ ਐਵੇਂ ਪੈਸੇ ਇੰਨੇ ਖਰਾਬ ਨਾ ਕਰਿਓ, ਗੁੱਚੀ 'ਤੇ ਲੈਣੋ, ਇੱਥੇ ਵਧੀਆ ਮਿਲ ਜਾਣੇ ਤੁਹਾਨੂੰ ਡੀਲ ਦੇ ਵਿੱਚ। ਠੀਕ ਹੈ, ਅਤੇ ਹੁਣ ਆਪਣਾ ਜਿਹੜਾ ਚੀਜ਼ ਰਹਿ ਗਈ ਹੈ ਮੈਡੀਸਿਨ ਦੀ, ਮੈਡੀਸਿਨ ਬਹੁਤ ਜ਼ਰੂਰੀ ਹੈ ਗਾਈਸ। ਮੈਡੀਸਿਨ ਦੇ ਵਿੱਚ ਜਿਹੜੀਆਂ ਛੋਟੀ ਛੋਟੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਲੈ ਕੇ ਆਇਓ, ਬੈਂਡੇਜ ਤੋਂ ਲੈ ਕੇ ਕਫ ਤੱਕ ਦੀ ਦਵਾਈ ਲੈ ਕੇ ਆਇਓ। ਠੀਕ ਹੈ, ਅਤੇ ਜੇ ਤੁਹਾਡੇ ਕੋਈ ਸਪੈਸ਼ਲ ਕੋਈ ਮੈਡੀਸਿਨ ਆ ਜਿੱਦਾਂ ਡਾਇਬਟੀਜ਼ ਦੀ ਹੋ ਗਈ ਜਾਂ ਮਤਲਬ ਕਿਸੇ ਵੀ ਤਰੀਕੇ ਦੀ ਕੋਈ ਸਪੈਸ਼ਲ ਆ, ਉਹਦੀ ਪ੍ਰਸਕ੍ਰਿਪਸ਼ਨ ਪ੍ਰੋਪਰ ਮਤਲਬ ਕਿ ਡਾਕਟਰ ਤੋਂ ਲੈ ਕੇ ਅਤੇ ਨਾਲ ਲਿਆਈਓ। ਰਿਸਿਪਟ ਜਿਹੜੀ ਹੈਗੀ ਤੁਸੀਂ ਆਪਣੇ ਬੈਗ ਦੇ ਵਿੱਚ ਹੈਂਡ ਬੈਗ 'ਚ ਵੀ ਪਾ ਲਿਓ ਅਤੇ ਇੱਕ ਤੁਸੀਂ ਵੱਡੇ ਬੈਗ 'ਚ ਵੀ ਪਾ ਲਿਓ, ਜੇ ਤੁਹਾਡੇ ਕੋਲ ਮੰਗਣ ਤੁਸੀਂ ਰਾਈਟ ਪੇ ਉਹਨਾਂ ਨੂੰ ਸ਼ੋਅ ਕਰ ਸਕੋ। ਰਾਈਟ, ਸੋ ਇਹ ਚੀਜ਼ਾਂ ਕਹਿਣਾ ਚਾਹੁੰਦਾ, ਮੂਵ ਵਗੈਰਾ ਹੋ ਗਈ, ਸਾਰੇ ਮੈਡੀਸਿਨ ਤੁਹਾਨੂੰ ਪਤਾ ਹੀ ਕਿਹੜੀ ਕਿਹੜੀ ਤੁਹਾਨੂੰ ਚਾਹੀਦੀਆਂ, ਉਹ ਤੁਸੀਂ ਆਪਣੇ ਹਿਸਾਬ ਨਾਲ ਲਿਆ ਕੇ ਆ ਸਕਦੇ। ਰਾਈਟ,
ਤੇ ਉਹ ਤੋਂ ਇਲਾਵਾ ਇੱਕ ਏਸੀ ਕੰਫਰਟਰ, ਮਤਲਬ ਕਿ ਕੰਫਰਟਰ ਜਾਂ ਫਿਰ ਬਲੈਂਕਟ ਜਿਹੜਾ ਹੈਗਾ ਤੁਸੀਂ ਉਹ ਵੀ ਲਿਆ ਸਕਦੇ ਹੋ, ਠੀਕ ਹੈ। ਬਲੈਂਕਟ ਕਿਉਂਕਿ ਅੰਦਰ ਇੰਨੀ ਠੰਡ ਨਹੀਂ ਹੁੰਦੀ, ਇਹ ਵੀ ਤੁਹਾਨੂੰ ਮੈਂ ਫੈਕਟ ਦੱਸ ਦਿੰਦਾ ਕਿ ਘਰਾਂ ਦੇ ਅੰਦਰ ਠੰਡ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਵਿੱਚ ਸੈਂਟਰਲ ਹੀਟਰ ਚੱਲਦਾ ਹੁੰਦਾ, ਏਸੀ ਚੱਲਦਾ ਹੁੰਦਾ, ਗਰਮੀਆਂ 'ਚ ਏਸੀ, ਸਰਦੀਆਂ 'ਚ ਹੀਟਰ। ਸੋ ਅੰਦਰ ਜਿਹੜਾ ਹੈਗਾ ਨੋਰਮਲ ਟੈਂਪਰੇਚਰ ਰਹਿੰਦਾ, ਤੁਹਾਨੂੰ ਕੋਈ ਵਰੀ ਕਰਨ ਦੀ ਲੋੜ ਨਹੀਂ, ਬਟ ਸਟਿਲ ਇੱਕ ਬਲੈਂਕਟ ਕੋਲ ਹੋਵੇ, ਰਾਤ ਨੂੰ ਨੀਂਦਰ ਵਧੀਆ ਆ ਜਾਂਦੀ ਹੈ। ਮੈਂ ਤਾਂ ਰਜਾਈ ਲੈ ਗਿਆ ਸੀਗਾ ਅਤੇ ਫਿਰ ਤੱਕ ਉਹ ਚੱਲ ਰਹੀ, ਜੇ ਤਾਂ ਤੁਸੀਂ ਰਜਾਈ ਲੈਣੀ ਤੁਸੀਂ ਉਹ ਵੀ ਲਿਆ ਸਕਦੇ, ਬਟ ਮੇਕ ਸ਼ੋਰ ਕਰਿਓ ਉਹਦਾ ਗਲਾਫ ਲਿਆਇਓ ਉੱਪਰ ਚੜ੍ਹਨ ਨਾਲ, ਉਹ ਈਜ਼ੀ ਰਹਿੰਦਾ ਧੋਣਾ, ਠੀਕ ਹੈ। ਅਤੇ ਹਾਂ, ਇੱਕ ਚੀਜ਼ ਹੋਰ ਕਿ ਜਿਹੜਾ ਵੀ ਸਟੱਫ ਤੁਸੀਂ ਰਜਾਈ ਬਲੈਂਕਟ ਜੋ ਵੀ ਲੈਣਾ ਉਹਨੂੰ ਵੈਕਿਊਮ ਕਰਵਾ ਲਿਓ, ਉਹ ਤੁਹਾਡੇ ਲਈ ਬੈਸਟ ਰਹੇਗਾ। ਕਿਉਂ? ਕਿਉਂਕਿ ਉਹਨਾਂ ਤੁਹਾਡੀ ਸਪੇਸ ਜਿਹੜੀ ਹੈਗੀ ਘੱਟ ਜਾਏਗੀ, ਠੀਕ ਹੈ, ਸਪੇਸ ਤੁਹਾਨੂੰ ਵੱਧ ਮਿਲੇਗੀ, ਸੋਰੀ, ਅਤੇ ਉਹ ਤੁਹਾਡੇ ਲਈ ਈਜ਼ੀ ਰਹੇਗਾ, ਠੀਕ ਹੈ। ਹੁਣ ਮੈਨੂੰ ਇੱਦਾਂ ਲੱਗਦਾ ਮੋਸਟ ਆਫ ਦਾ ਸਟੱਫ ਆਪਾਂ ਕਵਰ ਕਰ ਲਿਆ। ਹੁਣ ਸਭ ਤੋਂ ਜਿਹੜਾ ਜ਼ਰੂਰੀ ਚੀਜ਼ਾਂ ਨੇ, ਜਿਹੜਾ ਕਿ ਹੁਣ ਮੈਂ ਆਪਣੇ ਬੰਦੇ ਆਪਣੇ ਵਰਗੇ ਭਾਈ ਭੈਣਾਂ ਦੀ ਗੱਲ ਕਰਨ ਲੱਗਾ, ਜਿਹਨਾਂ ਨੂੰ ਐਨਕਾਂ ਲੱਗੀਆਂ ਨੇ, ਆਪਣੀ ਸਪੈਕਸ ਦੀਆਂ 4 ਤੋਂ 5, 5 ਤੋਂ 6 ਫਰੇਮ ਕਰਵਾ ਕੇ ਲਿਆਇਓ ਗਾਈਜ਼, ਕਿਉਂਕਿ ਇੱਥੇ ਐਨਕਾਂ ਬਹੁਤ ਮਹਿੰਗੀਆਂ ਆ, ਠੀਕ ਆ। ਜਿੰਨੀ ਸਾਡੀ ਇੱਥੇ ਇੱਕ ਐਨਕ ਬਣਨੀ ਇੰਡੀਆ ਤੋਂ, ਉੱਥੇ 3-4 ਐਨਕਾਂ ਬਣ ਜਾਣੀਆਂ। ਸੋ ਵਧੀਆ ਕੁਆਲਿਟੀ ਦੀ ਬਣਵਾ ਲਿਓ, ਠੀਕ ਆ। ਮੇਕ ਸ਼ੋਰ ਕਰਿਓ ਕਿ ਉਹਨੂੰ ਕਹਿ ਦਿਓ ਕਿ ਸਰਦੀ ਦੇ ਵਿੱਚ ਜਿਹੜੇ ਫਰੇਮ ਆ ਉਹ ਟੁੱਟਣੇ ਨਹੀਂ ਚਾਹੀਦੇ, ਕਈ ਟੁੱਟ ਜਾਂਦੇ ਨੇ, ਸੋ ਵਧੀਆ ਕੁਆਲਿਟੀ ਦੀ ਰੱਖਿਓ, ਠੀਕ ਆ। ਅਤੇ ਸਿੰਪਲ ਇੱਕ ਜਿਹੜੇ ਬਾਕੀ ਸਾਰੇ ਜਿਹਨਾਂ ਨੂੰ ਨਹੀਂ ਵੀ ਲੱਗੀ, ਉਹ ਵੀ ਨਾ ਇੱਕ ਪ੍ਰੋਟੈਕਟਰ ਜਿਹੜੀ ਬਲੂ ਕਲਰ ਦੀ ਹੁੰਦੀ ਜਿਹਦੀ ਸ਼ੇਡ ਪੈਂਦੀ ਆ, ਉਹ ਵਾਲੀ ਆਪਣੇ ਲਈ ਸਪੈਕਸ ਇੱਕ ਲਿਆਓ, ਤਾਂ ਜੋ ਕਿਉਂਕਿ ਆਪਣਾ ਮੋਸਟ ਆਫ ਦਾ ਟਾਈਮ ਕੰਪਿਊਟਰ ਲੈਪਟੋਪ ਦੇ ਉੱਤੇ ਹੀ ਬਤੀਤ ਹੁੰਦਾ, ਲੈਪਟੋਪ ਫੋਨ ਚਲਾਉਣਾ ਹੁੰਦਾ। ਸੋ ਇਹ ਜਦੋਂ ਨਾਲ ਹੋਈ ਤੁਹਾਡੀ ਅੱਖਾਂ ਦੇ ਉੱਤੇ ਥੋੜ੍ਹਾ ਘੱਟ ਇਫੈਕਟ ਪਏਗਾ, ਠੀਕ ਹੈ। ਅਤੇ ਹੁਣ ਲਾਸਟ ਦੇ ਵਿੱਚ ਜਿਹੜਾ ਆਪਾਂ ਗੱਲ ਕਰਾਂਗੇ ਉਹ ਗਾਈਜ਼ ਹੈਗੀ ਡਾਕੂਮੈਂਟਸ ਦੀ ਗੱਲ। ਡਾਕੂਮੈਂਟਸ ਬਹੁਤ ਜ਼ਰੂਰੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਪਾਸਪੋਰਟ। ਅਬ ਮੈਂ ਆਪਣੀ ਬਾਰੇ ਕੀ ਕੀਤਾ, ਮੈਂ ਇੱਕ ਛੋਟਾ ਜਿਹਾ ਬੈਗ ਲੈ ਲਿਆ ਸੀਗਾ, ਹੈਂਡ ਬੈਗ ਨਹੀਂ ਸੀਗਾ ਉਹ, ਬਟ ਸਾਈਡ 'ਤੇ ਜਿਹੜਾ ਪੈਣ ਵਾਲਾ ਹੁੰਦਾ ਉਹ ਸੀਗਾ। ਉਹ 'ਚ ਮੈਂ ਆਪਣੇ ਪਾਸਪੋਰਟ, ਸਾਰੇ ਡਾਕੂਮੈਂਟ ਜਿੰਨੇ ਵੀ ਸੀਗੇ, ਕਾਲਜਿਸ ਰਿਗਾਰਡ, ਆਪਣੇ ਲੈਪ, ਆਪਣੇ ਕੰਪਿਊਟਰ, ਉਹ ਸੋਰੀ ਪਾਸਪੋਰਟ ਹੋ ਗਿਆ, ਹੈ ਨਾ, A to Z ਸਾਰੇ ਮੈਂ ਵਿੱਚ ਰੱਖੇ ਸੀਗੇ। ਸੋ ਤੁਸੀਂ ਆਪਣੇ ਹੈਂਡ, ਉਹ ਜਿਹੜੇ ਛੋਟਾ ਜਿਹਾ ਬੈਗ ਹੋਊਗਾ ਉਹਦੇ ਵਿੱਚ ਤੁਸੀਂ ਆਪਣਾ ਪਾਸਪੋਰਟ ਰੱਖ ਸਕਦੇ ਹੋ, ਆਪਣੀ ਟਿਕਟ ਰੱਖ ਸਕਦੇ ਹੋ, ਆਪਣਾ ਬੋਰਡਿੰਗ ਪਾਸ ਰੱਖ ਸਕਦੇ ਹੋ, ਆਪਣੀ ਕਾਲਜ ਦੀ ਫੀਸ ਰਿਸਿਪਟ ਰੱਖ ਸਕਦੇ ਹੋ, ਕਾਲਜ ਦੀ ਅਸੈਪਟੈਂਸ ਰੱਖਦੇ ਹੋ, ਲੈਟਰ ਆਫ ਅਸੈਪਟੈਂਸ ਰੱਖ ਸਕਦੇ ਉਹਦੇ 'ਚ, ਹੈ ਨਾ। ਅਤੇ ਉਹ ਤੋਂ ਇਲਾਵਾ ਤੁਸੀਂ ਗਾਈਸ ਉਹਦੇ ਵਿੱਚ ਆਪਣੇ ਜਿਹੜੇ ਕੈਸ਼ ਜਿਹੜਾ ਤੁਸੀਂ ਆਪਣਾ ਨਾਲ ਲੈ ਕੇ ਜਾਣਾ ਉਹ ਆਪਣੇ ਕੋਲ ਰੱਖਿਓ, ਉਹਦੀ ਰਿਸਿਪਟ ਡੈਫੀਨੇਟਲੀ ਤੁਸੀਂ ਆਪਣੇ ਕੋਲ ਰੱਖਿਓ, ਜੇ ਇਨ ਕੇਸ ਮੰਗ ਲੈਣ ਤੁਸੀਂ ਰਾਈਟ ਅਵੇ ਉਹਨਾਂ ਨੂੰ ਦੇ ਸਕੋ, ਰਾਈਟ। ਅਤੇ ਉਹ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਜਿਹੜੇ ਬਾਕੀ ਡਾਕੂਮੈਂਟਸ ਹੈਗੇ ਨੇ ਤੁਸੀਂ ਆਪਣੀ ਫਾਈਲ ਦੇ ਵਿੱਚ ਪਾ ਕੇ ਆਪਣੇ ਨਾਲ ਡੈਫੀਨੇਟਲੀ ਲੈ ਕੇ ਆਓ, ਠੀਕ ਹੈ। ਅਤੇ ਜੇ ਕੋਈ ਚੀਜ਼ ਰਹਿ ਗਈ ਹੋਏਗੀ ਮੈਂ ਡੈਫੀਨੇਟਲੀ ਕਮੈਂਟ ਸੈਕਸ਼ਨ ਦੇ ਵਿੱਚ ਅਟੈਚ ਕਰ ਦਾਂਗੇ, ਡੈਫੀਨੇਟਲੀ ਤੁਸੀਂ ਇੱਕ ਵਾਰੀ ਚੈੱਕਆਊਟ ਕਰ ਦਿਓ। ਕਈ ਚੀਜ਼ਾਂ ਦੇ ਮੈਂ ਲਿੰਕਸ ਥੱਲੇ ਪਾ ਦਾਂਗਾ, ਤੁਹਾਨੂੰ ਈਜ਼ੀ ਰਹੇਗਾ ਉੱਥੋਂ ਬਾਏ ਕਰਨਾ ਜਸਟ, ਠੀਕ ਹੈ, ਤੁਸੀਂ ਉੱਥੇ ਕਲਿੱਕ ਕਰਕੇ ਉੱਥੋਂ ਬਾਏ ਕਰ ਸਕਦੇ ਚੀਜ਼ਾਂ ਨੂੰ। ਅਤੇ ਹੋਪ ਕਰਾਂਗਾ ਕਿ ਤੁਹਾਡੀ ਵੀਡੀਓ ਜਿਹੜੀ ਹੈਗੀ ਤੁਹਾਨੂੰ ਹੈਲਪਫੁਲ ਰਹੇਗੀ। ਅਤੇ ਜੇ ਤੁਹਾਨੂੰ ਚੰਗੀ ਲੱਗੀ ਵੀਡੀਓ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ, ਠੀਕ ਹੈ, ਅਤੇ ਆਪਣੀ ਫੈਮਿਲੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਟਾਈਮ ਜਿਹੜਾ ਹੈਗਾ ਸਪੈਂਡ ਕਰੋ ਗਾਈਸ, ਕਿਉਂਕਿ 2 ਮਹੀਨੇ ਰਹਿ ਗਏ ਨੇ, ਮੈਂ ਵੀ ਮੈਨੂੰ ਲੱਗਦਾ 2-3 ਮਹੀਨੇ ਵੀ ਮੈਂ ਜ਼ਿਆਦਾ ਕਹਿਤਾ, ਜਿਹੜੇ ਤਾਂ ਮੇਨ ਇਨਟੇਕਸ ਆ ਰਹੇ ਨੇ ਉਹਨਾਂ ਕੋਲ ਤਾਂ ਹਫ਼ਤਾ ਹੀ ਹੈ, ਠੀਕ ਹੈ। ਅਤੇ ਥੋੜ੍ਹਾ ਜਿਹਾ ਆਪਣੇ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੋ, ਇਹੀ ਟਾਈਮ ਹੈ ਜਿਹੜਾ ਤੁਹਾਨੂੰ ਬਾਅਦ 'ਚੋਂ ਆ ਕੇ ਇੱਥੇ ਆ ਕੇ ਯਾਦ ਰਹਿਣਾ ਹੈ, ਫੋਟੋਜ਼ ਵਗੈਰਾ ਦੇਖ ਕੇ ਦਿਲ ਪੂਰਾ ਹੋਣਾ ਤੁਹਾਡਾ, ਹੈ ਨਾ। ਅਤੇ ਬਾਕੀ ਹੋਪ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ, ਅਤੇ ਆਪਣਾ ਧਿਆਨ ਰੱਖੋ, ਬੈਸਟ ਆਫ ਲੱਕ। ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਲੋੜ ਪੈਂਦੀ ਹੈ ਕਹਿਣਾ ਆ ਕੇ ਗਾਈਸ, ਤੁਸੀਂ ਮੈਨੂੰ ਰੀਚ ਆਊਟ ਕਰ ਸਕਦੇ, ਡੈਫੀਨੇਟਲੀ ਜਿੰਨੀ ਹੈਲਪ ਮੈਂ ਕਰ ਸਕਾਂ ਮੈਂ ਆਪਣੇ ਨਾਲ ਪ੍ਰੋਪਰ ਕਰੂੰਗਾ, ਠੀਕ ਹੈ ਜੀ। ਥੈਂਕ ਯੂ ਸੋ ਮਚ ਗਾਈਸ, ਹੈਵ ਅ ਗੁੱਡ ਵਨ।